ਨੌਜਵਾਨ ਮੁੰਡਾ ਦੀਪ ਨੇ ਵੀ ਗਾਇਆ ਗਾਣਾ ਹੈ, ਇਹ ਇਹ ਜਿਹੜਾ ਦੌਰ ਆ ਚੁੱਕਾ, ਇਹ ਟ੍ਰੈਂਡ ਆ ਚੁੱਕਾ, ਇਹ ਹੈ ਲੰਬੀ ਰੇਸ ਦਾ, ਲੰਬੀ ਰੇਸ ਦਾ ਘੋੜਾ ਹੈ ਇਹ ਚੀਜ਼। ਜਿੱਦਾਂ ਹੁਣ ਇਹਨੇ ਉਹ ਗਾਇਆ ਫੋਰ ਯੂ, ਇੱਕ ਮੈਲੋਡੀਅਸ ਸੌਂਗ ਹੈ ਉਹ ਚ ਤੋਂ ਤੁਸੀਂ ਸੁਣਦੇ ਹੈ। ਹੁਣ ਕੀ ਹੈ ਕਿ ਇੱਕ ਟਾਈਮ ਵਿੱਚ ਆਇਆ ਉਦੋਂ ਉਹਨਾਂ ਨੂੰ ਲੱਗਾ ਵੀ ਗਾਣਾ ਸਿਰਫ ਦੇਖਣ ਵਾਲੀ ਚੀਜ਼ ਹੈ, ਜਦਕਿ ਮਿਊਜ਼ਿਕ ਸੁਣਨ ਵਾਲੀ ਚੀਜ਼ ਹੈ। ਮਿਊਜ਼ਿਕ ਇੱਕ ਲੈਵਲ ਤੋਂ ਜਦੋਂ ਬਾਹਰ ਆ ਜਾਂਦਾ ਫਿਰ ਉਹ ਮਿਊਜ਼ਿਕ ਦੀ ਬਜਾਏ ਨੋਇਸ ਹੋ ਜਾਂਦਾ। ਬਿਲਕੁਲ ਠੀਕ ਹੈ, ਮਿਊਜ਼ਿਕ ਉਦੋਂ ਤੱਕ ਮਿਊਜ਼ਿਕ ਆ ਜਦੋਂ ਤੱਕ ਤੁਸੀਂ ਉਹਨੂੰ ਸੁਣ ਸਕਦੇ ਹੋ। ਬੰਦੇ ਉਹ ਸੰਗੀਤ ਵੀ ਚੀਕ ਚਕਾੜਾ ਹੋ ਗਿਆ, ਬਿਲਕੁਲ ਬਿਲਕੁਲ ਸ਼ੋਰ ਹੋ ਗਿਆ, ਮੈਂ ਸੰਗੀਤ ਖਤਮ ਹੋ ਗਿਆ ਨਾ, ਸ਼ੋਰ ਹੋ ਗਿਆ। ਇੰਨਾ ਤੁਹਾਡਾ ਹੈ ਕੰਟਰੀਬਿਊਸ਼ਨ ਖਾਸ ਕਰ ਪੰਜਾਬੀ ਇੰਡਸਟਰੀ ਦਾ ਵੀ ਤੇ ਇਸ ਇੰਡਸਟਰੀ ਦਾ ਵੀ, ਚਮਕੀਲੇ ਨਾਲ ਕਦੀ ਮੁਲਾਕਾਤ ਹੋਈ ਸੀ ਜ਼ਿੰਦਗੀ 'ਚ? ਨਹੀਂ, ਸੁਰਜੀਤ ਦੀ ਕੰਟਰੀਬਿਊਸ਼ਨ ਹੈ ਉਹਨਾਂ ਨੂੰ, ਚਮਕੀਲੇ ਨੂੰ, ਸਾਡੀ ਵਿਰਾਸਤ ਨੂੰ ਅੱਗੇ ਲੈ ਕੇ। ਵਿਰਾਸਤ ਦਾ ਮਤਲਬ ਇਹ ਨਹੀਂ ਹੁੰਦਾ ਵੀ ਵੀ ਕੋਈ ਵੀ ਚੀਜ਼ ਵਿਰਾਸਤ ਹੈ, ਕਿਸੇ ਨਹੀਂ ਕਹਿ ਸਕਦੇ ਹਰ ਚੀਜ਼। ਤੁਸੀਂ ਜੇ ਅਗਰ ਸੋਚਦੇ ਕਿ ਮੈਂ ਆਪਣੀ ਸਿਸਟਰ ਜਾਂ ਬੇਟੀ ਨਾਲ ਬੈਠ ਕੇ ਸੁਣ ਸਕਦਾ ਜਾਂ ਦੇਖ ਸਕਦਾ, ਤੇ ਵੀ ਠੀਕ ਹੈ, ਉਹਨੂੰ ਐਪਰੀਸ਼ੀਏਟ ਕਰੋ, ਉਹਨੂੰ ਲੈ ਕੇ ਆਓ। ਚੰਗਾ ਵੀ ਤਾਂ ਬਹੁਤ ਗਾਇਆ ਉਹਨਾਂ ਨੇ, ਮੈਂ ਤਲਵਾਰ ਮੈਂ ਕਲਗੀ ਧਰਦੀ ਹਾਂ, ਨਾ ਕਿਸੇ ਜ਼ਾਲਮ ਤੋਂ ਡਰਦੀ ਹਾਂ, ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ, ਇਹ ਵੀ ਗਾਇਆ ਉਹਨਾਂ? ਬਿਲਕੁਲ ਗਾਇਆ, ਬਿਲਕੁਲ ਗਾਇਆ। ਹਾਂ, ਲੇਕਿਨ ਅਸੀਂ ਇਹ ਦੇਖਦੇ ਨਾ ਕਿ ਐਪਰੀਸ਼ੀਏਸ਼ਨ ਕਿਸ ਚੀਜ਼ ਨੂੰ ਮਿਲ ਰਹੀ ਹੈ। ਹੁਣ ਬਿੰਦਰਖੀਆ ਜੀ ਨੇ ਬਹੁਤ ਗਾਇਆ, ਬਿੰਦਰਖੀਆ ਨੇ, ਸ਼ਮਸ਼ੇਰ ਭਾਜੀ ਨੇ ਕਿੰਨਾ ਵਧੀਆ ਵਧੀਆ ਗਾਣੇ ਲਿਖੇ, ਸ਼ਮਸ਼ੇਰ ਸਿੰਘ ਉਹਦਾ ਲਾਸਟ ਗਾਣਾ ਨੀਵੇਂ ਤਿੜਕੇ ਘੜੇ ਦਾ ਪਾਣੀ, ਮੈਂ ਕੱਲ੍ਹ ਤੱਕ ਨਹੀਂ ਰਹਿਣਾ, ਉਹ ਅੱਜ ਦੀ ਡੇਟ 'ਚ ਵੀ ਸੁਣ ਕੇ ਅਸੀਂ ਰੋ ਪੈਂਦੇ ਹਾਂ। ਬਾਲੀਵੁੱਡ ਇੰਡਸਟਰੀ ਦੀ ਗੱਲ ਕਰੀਏ, ਗਲੈਮਰ ਦੀ ਗੱਲ ਕਰੀਏ, ਫਨਕਾਰੀ ਦੀ ਗੱਲ ਕਰੀਏ, ਇਹ ਦੁਨੀਆ ਇੱਕ ਅਜਿਹੀ ਦੁਨੀਆ ਹੈ ਜਿਹਦੇ 'ਚ ਹਮੇਸ਼ਾ ਚੜ੍ਹਦੇ ਸੂਰਜ ਨੂੰ ਆਪਾਂ ਕਹੀਏ ਸਲਾਮ ਜਿਹੜੀ ਹੁੰਦੀ ਹੈ। ਕਹਿੰਦੇ ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ, ਭਾਵ ਜਿਹਦਾ ਅੱਜ ਦੀ ਡੇਟ ਦੇ ਵਿੱਚ ਤਾਰੀਖ 'ਚ ਗਾਣਾ ਚੱਲ ਰਿਹਾ ਉਹਨੂੰ ਸਾਰੀ ਦੁਨੀਆ ਫੋਲੋ ਕਰ ਰਹੀ ਹੈ, ਪਿਆਰ ਕਰ ਰਹੀ ਹੈ, ਉਹ ਦੁੱਖਾਂ ਦਾ ਪਿਆਰ ਪਾ ਰਿਹਾ। ਸੋ ਜਿਸ ਸ਼ਖਸ ਨਾਲ ਤੁਹਾਡੀ ਅੱਜ ਮੁਲਾਕਾਤ ਕਰਾਵਾਂਗੇ, ਪਿਛਲੇ ਆਪਾਂ 40 ਸਾਲ ਪਿੱਛੇ ਚੱਲ ਜਾਈਏ, 1990 ਤੋਂ ਆਪਾਂ ਲੈ ਕੇ ਦੇਖੀਏ ਅੱਜ 2024 ਆ ਚੁੱਕਾ ਹੈ। ਪੰਜਾਬੀ ਇੰਡਸਟਰੀ ਦੇ ਕਈ ਸਿਰਮੌਰ ਸਿਤਾਰੇ ਆਪਾਂ ਕਹੀਏ ਜਿਹੜੇ ਫਰਸ਼ ਤੋਂ ਚੁੱਕ ਕੇ ਅਰਸ਼ 'ਤੇ ਪਹੁੰਚਾਤੇ ਸੀਗੇ, ਉਸ ਸ਼ਖਸ ਨਾਲ ਮੁਲਾਕਾਤ ਕਰਾਵਾਂਗੇ। ਆਰਪੀ ਭਾਅ ਜੀ ਸਾਡੇ ਨਾਲ ਨੇ ਅਤੇ ਗੱਲਾਂ ਕਰਾਂਗੇ ਉਸ ਵੇਲੇ ਦੀਆਂ। ਭਾਅ ਜੀ ਬਹੁਤ ਬਹੁਤ ਸਵਾਗਤ ਹੈ ਜੀ ਚੈਨਲ 'ਤੇ। ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਵੈਰੀ ਮਚ। ਸੋ ਭਾਅ ਜੀ ਉਹੀ ਤੁਸੀਂ ਚੇਤ ਅੱਜ ਮੁਲਾਕਾਤ ਹੋ ਗਈ ਤੁਹਾਡੇ ਨਾਲ, 90-92 ਦੌਰ 'ਚ ਪਹੁੰਚ ਗਿਆ ਮੈਂ। ਹਾਂਜੀ ਹਾਂਜੀ। ਅਤੇ ਉਹ ਗਾਇਕਾਂ ਦੀ ਗੱਲ ਕਰੀਏ ਉਸ ਟਾਈਮ ਦੇ ਜਿਹੜੇ ਸਟਰਗਲ ਸੀ, ਆ ਮਸ਼ਹੂਰ ਸੀ ਹਰਭਜਨ ਸ਼ੇਰਾ, ਦਵਿੰਦਰ ਕੋਹੇ ਨੂਰ, ਏਦਾਂ ਦੇ ਬਹੁਤ ਨਾਮ ਹੋਣਗੇ ਆਪਣੇ ਕੋਲ ਜੀ। ਆਪਣਾ ਜਿਵੇਂ ਕਹੀਏ ਇਹਨੂੰ ਪਪੀਹੇ ਵਰਗੀ ਆਵਾਜ਼ ਕਿਹਾ ਜਾਂਦਾ ਸੀ ਦਵਿੰਦਰ ਕੋਹੇ ਨੂਰ ਨੂੰ। ਹਾਂਜੀ, ਹਰਭਜਨ ਕੋਹੇ ਨੂਰ ਸੈਡ ਸੌਂਗ ਬਹੁਤ ਗਾਉਂਦੇ ਸੀ, ਹੋਰ ਉਸ ਵੇਲੇ ਦੇ ਪੁਰਾਣੇ ਮਸ਼ਹੂਰ ਜਿਹੜੇ ਕਈ ਵਿੱਚ ਦੋ ਗਾਣਿਆਂ ਦਾ ਦੌਰ ਰਿਹਾ, ਡਿਊਟ ਜੋੜੀਆਂ ਵੀ ਰਹੀਆਂ ਵਿੱਚ, ਫਿਰ ਜਿਹੜੇ ਉਸ ਵੇਲੇ ਹਰਦੀਪ ਸਿੰਘ ਆਪਣੇ ਜਿਹੜੇ ਮਸ਼ਹੂਰ ਹੋਏ ਸੀਗੇ ਸ਼ਹਿਰ ਪਟਿਆਲੇ ਦੇ ਨਾਮ ਤੇ, ਹਰਦੀਪ ਭਾਈ ਉਹਨਾਂ ਨੇ ਪਹਿਲਾ ਗਾਣਾ ਸੀ ਜਿਹੜਾ ਉਹਨਾਂ ਨੇ ਆਊਟਡੋਰ ਕੀਤਾ ਸੀ ਸ਼ੂਟ, ਦੂਰਦਰਸ਼ਨ ਦੇ ਵਿੱਚ ਗਾਉਂਦੇ ਹੁੰਦੇ ਸੀ, ਸਰਦੂਲ ਭਾਜੀ ਦੂਰਦਰਸ਼ਨ 'ਚ ਗਾਉਂਦੇ ਰਹੇ, ਹੰਸ ਭਾਜੀ ਹੁਣੀ ਸਾਰੇ ਅਸੀਂ ਦੂਰਦਰਸ਼ਨ ਦੇ ਵਿੱਚੋਂ ਸਾਰਿਆਂ ਦੀ, ਮੈਂ ਔਰ ਸਰਦੂਲ ਦੇ ਬ੍ਰਦਰ ਗਮਦੂਰ, ਗਮਦੂਰ ਦਵਿੰਦਰ ਆਪਣਾ ਜਲੰਧਰ ਦੂਰਦਰਸ਼ਨ ਦੇ ਚਾਚਾ ਰੌਣਕੀ ਰਾਮ ਬਲਵਿੰਦਰ ਦੇ ਨਾਮ ਬਲਵਿੰਦਰ ਵਿੱਕੀ, ਉਹਨਾਂ ਦੇ ਔਰ ਮੇਰੇ ਅਸੀਂ ਦੋਨੋਂ ਗੁਰੂ ਭਾਈ ਹਾਂ। ਮਤਲਬ ਉਹ ਮੇਰੇ ਕਈ ਵਾਰੀ ਛੇੜੇ ਹੁੰਦੇ, ਕਹਿੰਦੇ ਯਾਰ ਆਪਾਂ ਦੋਨੋਂ ਗੁਰੂ ਪਾਈ ਆ, ਮੈਂ ਕਿਹਾ ਜੀ ਬਿਲਕੁਲ ਹੈ ਗਏ ਆ, ਉਹ 'ਚ ਕਿਹਦੀ ਗੱਲ ਹੈ। 92 ਦੇ ਵਿੱਚ ਅਸੀਂ ਸੀਰੀਅਲ ਕੀਤਾ ਸੀਗਾ, ਉਹਦੇ ਵਿੱਚ ਓਮ ਪ੍ਰਕਾਸ਼ ਜੀ ਨੇ ਮੇਨ ਰੋਲ ਕੀਤਾ ਸੀ, ਜਿਨ੍ਹਾਂ ਨੇ ਕਿ 400 ਫਿਲਮਾਂ ਕੀਤੀਆਂ ਅਮਿਤਾਭ ਬੱਚਨ ਸਾਹਿਬ ਨਾਲ ਕੀਤੀਆਂ, ਬਾਲੀਵੁੱਡ ਦੇ ਐਕਟਰ ਜਿਹੜੇ। ਹਾਂਜੀ, ਉਹਨਾਂ ਨੇ ਜ਼ਿੰਦਗੀ 'ਚ ਇੱਕੋ ਹੀ ਸੀਰੀਅਲ ਕੀਤਾ ਸੀ, ਉਹ 92 ਦੇ ਵਿੱਚ ਅਸੀਂ ਨਾਭਾ ਪੰਜਾਬ ਪਬਲਿਕ ਸਕੂਲ 'ਚ ਕੀਤਾ ਸੀ, ਔਰ 52 ਦਿਨ ਦਾ ਕੰਟੀਨਿਊਸ ਇੱਕੋ ਹੀ ਸਟ੍ਰੈਚ ਹਿੰਦੀ ਸੀਰੀਅਲ ਸੀ। ਉਹਦੇ 'ਚ ਉਹਨਾਂ ਨੂੰ ਇੱਕ ਅਸੀਂ ਸਿੰਪਲ ਗੱਲ ਕਹੀ ਸੀ ਵੀ ਤੁਸੀਂ ਸੀਰੀਅਲ ਕਰਨਾ, ਉਹ ਕਹਿੰਦੇ ਮੇਰਾ ਮੈਂ ਜ਼ਿੰਦਗੀ 'ਚ ਕਦੀ ਸੀਰੀਅਲ ਨਹੀਂ ਕੀਤਾ, ਮੇਰਾ ਕੀ ਰੋਲ ਆ ਸੀਗਾ ਜੀ, ਬੱਚੇ ਪਿਕਨਿਕ 'ਤੇ ਜਾਂਦੇ, ਉਹਨਾਂ ਨੂੰ ਚਿਰਾਗ ਮਿਲਦਾ, ਚਿਰਾਗ 'ਚੋਂ ਜਿੰਨ ਨਿਕਲਦਾ, ਤੁਸੀਂ ਉਹ ਜਿੰਨ ਹੈ। ਠੀਕ ਹੈ। ਕਹਿੰਦੇ ਯਾਰ ਮੈਂ ਕਰੂੰਗਾ,
ਕਿੰਨੇ ਦਿਨ ਦੱਸ ਗਿਆ ਸੀ ਦਿਨ ਤਾਂ ਤੁਹਾਡੇ ਡਿਪੈਂਡ ਕਰਦਾ ਜਿੰਦਰੂ ਸਾਹਿਬ ਤੁਸੀਂ ਐਕਟਰ ਵਧੀਆ ਚੁਣਿਆ ਸੀ ਉਸ ਟਾਈਮ ਉਹਨਾਂ ਨੇ ਉਸ ਵੇਲੇ ਜਿੰਨ ਬਣ ਕੇ ਉਹਨਾਂ ਦਾ ਅਸੀਂ 83rd ਬਰਥਡੇ ਸੈੱਟ ਤੇ ਮਨਾਇਆ ਸੀ ਉਹਦੇ ਵਿੱਚ 27 ਬੱਚੇ ਸੀ ਔਰ ਸਭ ਤੋਂ ਵੱਡਾ ਬੱਚਾ ਓਮ ਪ੍ਰਕਾਸ਼ ਜੀ ਸੀ ਠੀਕ ਹੈ 83rd ਬਰਥਡੇ ਉਹਨਾਂ ਦਾ ਉੱਥੇ ਮਨਾਇਆ ਸੀ ਠੀਕ ਹੈ ਠੀਕ ਹੈ ਉਹ ਸਾਰੇ ਬੱਚੇ ਸਵੇਰੇ ਆ ਕੇ ਜਦੋਂ ਪੈਰੀਂ ਹੱਥ ਲਾਉਂਦੇ ਸੀ ਪਾਪਾ ਜੀ ਪੈਰੀਂ ਪੈਂਦੇ ਪਾਪਾ ਜੀ ਪੈਰੀਂ ਪੈਂਦੇ ਉਹਨਾਂ ਅੱਖਾਂ 'ਚੋਂ ਆਸੂ ਆ ਜਾਂਦੇ ਸੀ ਕਹਿੰਦੇ ਯਾਰ ਬੰਬੇ ਇਹ ਕੰਮ ਨਹੀਂ ਹੁੰਦਾ ਇੰਨਾ ਪਿਆਰ ਜਿੰਨਾ ਮੈਨੂੰ ਉੱਥੇ ਆ ਕੇ ਬਾਤ ਪਿਆ ਪੰਜਾਬ 'ਚ ਹੀ ਹੈ ਲਾਸਟ ਡੇ ਮਤਲਬ ਅਸੀਂ 52 ਦਿਨ ਦਾ ਕੰਟੀਨਿਊ ਸ਼ਡਿਊਲ ਕਰਕੇ ਉੱਥੇ ਰਹੇ ਨਾਭੇ ਉੱਥੇ ਸਕੂਲ ਦੇ ਵਿੱਚ ਹੀ ਅਸੀਂ ਰਹਿੰਦੇ ਸੀ ਸਕੂਲ ਦੇ ਵਿੱਚ ਹੀ ਬੱਚਿਆਂ ਨਾਲ ਨਾਸ਼ਤਾ ਕਰਦੇ ਸੀ ਬੱਚਿਆਂ ਨਾਲ ਹੀ ਲੰਚ ਕਰਦੇ ਸੀ ਮੈਸ ਦੇ ਵਿੱਚ ਬਿਲਕੁਲ ਠੀਕ ਹੈ ਅੱਛਾ ਭਾਜੀ ਉਹ ਦੌਰ ਸੀ ਚਾਹੇ ਤੋਂ ਜਸਵੀਰ ਜੱਸੀ ਵੀ ਸਟਰਗਲ ਪੀਰੀਅਡ ਦੇ ਵਿੱਚ ਚੱਲਦੇ ਸੀਗੇ ਨੂੰ ਲੋਕੀ ਨਹੀਂ ਜਾਣਦੇ ਸੀਗੇ ਜੱਸੀ ਨੂੰ 98 ਦੇ ਵਿੱਚ ਇਹਦੀ ਬੇਸਿਕਲੀ ਇਹਦੀ ਕਿਸਮਤ ਇਹਦੀ ਚਮਕੀ ਪੁਲਿਸ 'ਚ ਸੀਗਾ ਜੱਸੀ ਇਹ ਕਲੀਅਰ ਅਸੀਂ ਪਹਿਲਾਂ ਪੁਲਿਸ 'ਚ ਸੀ ਜੀ ਤੇ ਇਹਦਾ ਇੱਥੇ ਜਲੰਧਰ ਹੀ ਰਹਿੰਦਾ ਸੀਗਾ ਤੇ ਇਹਨੇ ਮੋਬਾਈਲ ਚਲਾਉਣਾ ਵੀ ਨਹੀਂ ਇਹਨੂੰ ਆਉਂਦਾ ਸੀ ਉਸ ਟਾਈਮ ਨਵਾਂ ਨਵਾਂ ਇੰਨਾ ਦੇਸੀ ਸੀਗਾ ਇਹ ਕਿ ਮੈਂ ਤੁਹਾਨੂੰ ਪ੍ਰੈਕਟੀਕਲੀ ਤੂੰ ਲੋਕੀ ਸੋਚ ਵੀ ਨਹੀਂ ਸਕਦੇ ਜਦੋਂ ਇਹ ਸਟਾਰ ਬਣ ਗਿਆ ਸੀਗਾ ਅਸੀਂ ਇਸਦਾ ਇਕੱਠੇ ਬੈਠੇ ਕਿਸੇ ਦਾ ਫੋਨ ਆਇਆ ਰਿਸੈਪਸ਼ਨ ਤੋਂ ਉਹਨੇ ਕਿਹਾ ਜੀ ਉਹ ਤੁਹਾਨੂੰ ਕੋਈ ਮਿਲਣ ਆਇਆ ਕਹਿੰਦੇ ਹਾਂਜੀ ਦੱਸੋ ਕੀ ਗੱਲ ਹੈ ਉਹ ਕਹਿੰਦੇ ਨਹੀਂ ਅਸੀਂ ਤੁਹਾਨੂੰ ਬੁੱਕੇ ਹੀ ਦੇਣਾ ਸੀ ਕਹਿੰਦਾ ਨਹੀਂ ਨਹੀਂ ਬੁੱਕ ਮੈਂ ਇਕੱਲਾ ਹੀ ਹਾਂ ਮੈਨੂੰ ਇੱਕੋ ਹੀ ਬੁੱਕਾ ਬਹੁਤ ਹੈ ਮੈਨੂੰ ਇਹ ਵੀ ਨਹੀਂ ਪਤਾ ਸੀ ਬੁੱਕੇ ਦਾ ਮਤਲਬ ਕੀ ਹੁੰਦਾ ਇਹਨੇ ਸੋਚਿਆ ਕਹਿੰਦਾ ਕਾਫੀ ਸਾਰੇ ਨਹੀਂ ਚਾਹੀਦੇ ਮੈਂ ਇਕੱਲਾ ਹੀ ਮੈਨੂੰ ਇੱਕ ਬੁੱਕਾ ਬਹੁਤ ਹੈ ਉਹ ਮੈਂ ਇਹਨੂੰ ਕਿਹਾ ਯਾਰ ਗੱਲ ਸੁਣ ਬੁੱਕੇ ਮਤਲਬ ਇੱਕ ਹੀ ਹੁੰਦਾ ਗੁਲਦਸਤਾ ਫੁੱਲਾਂ ਦਾ ਕਹਿੰਦਾ ਵੀ ਗੁਲਦਸਤੇ ਨੂੰ ਬੁੱਕਾ ਬੁੱਕੇ ਕਹਿੰਦੇ ਉਹ ਬੁੱਕੇ ਦਾ ਮਤਲਬ ਬਹੁਤ ਸਾਰੇ ਨਹੀਂ ਹੁੰਦੇ ਇਹ ਮਤਲਬ ਇੰਨਾ ਸਿੱਧਾ ਸਾਦਾ ਸੀ ਦੇਸੀ ਆਦਮੀ ਸੀ ਸਿੱਧਾ ਸਾਦਾ ਸੀ ਇਹਦਾ ਇੱਕੋ ਹੀ ਗਾਣਾ ਉਦੋਂ ਲੋਕੀ ਜਾਂਦੇ ਸੀ ਨੂਰ ਮਹਿਲ ਦੀ ਮੋਰੀ ਦੇ ਨਾਮ ਤੇ ਉਹ ਇਹਦਾ ਹਿੱਟ ਹੋਇਆ ਸੀ ਇਹਨੂੰ ਫਿਰ ਬੰਬੇ ਲੈ ਕੇ ਗਏ ਤੇ ਇਹਨੇ ਉਹ ਕੁੜੀ ਸੀ ਦੀਪਿਕਾ ਜੀ ਨੇ ਕੁੜੀ ਨੇ ਉਹ ਗਾਣੇ ਦੇ ਵਿੱਚ ਰੋਲ ਕੀਤਾ ਸੀਗਾ ਉਹ ਦਿਲ ਲੱਗੇ ਕੁੜੀ ਗੁਜਰਾਤ ਦੀ ਇਹ ਉਹਨੂੰ ਕਹਿਣ ਲੱਗ ਪਿਆ ਕਿ ਨਹੀਂ ਨਹੀਂ ਜਿਹੜਾ ਸਾਡਾ ਪੰਜਾਬੀ ਕਲਚਰ ਨਹੀਂ ਉਹ ਉੱਥੇ ਦੀ ਬੰਬੇ ਦੀ ਸੀ ਤੇ ਇਹ ਉਹਦੇ ਸੀਗਾ ਉਹਨੇ ਸਵਿਮਿੰਗ ਕੋਸਟਿਊਮ ਪਾਇਆ ਸੀ ਜਿਹਦੇ ਕਰਕੇ ਉਹਨੂੰ ਕਾਫੀ ਕ੍ਰਿਟੀਸਿਜ਼ਮ ਵੀ ਝੇਲਣਾ ਪਿਆ ਤੇ ਇਹਨੇ ਉਹਨੂੰ ਕਿਹਾ ਕਿ ਮੈਂ ਇੱਦਾਂ ਕਰਦਾ ਮੈਂ ਡਾਕਟਰ ਨਾਲ ਗੱਲ ਕਰਦਾ ਵੀ ਤੈਨੂੰ ਗੁਜਰਾਤੀ ਡਰੈਸ ਪਾਉਣੇ ਉਹ ਕਹਿੰਦੀ ਜੱਸੀ ਪਾਗਲ ਮਤ ਬਣੋ ਤੁਮ ਕਿਉਂ ਮੇਰਾ ਕੈਰੀਅਰ ਪੇ ਲਾਤ ਮਾਰ ਰਹੇ ਹੋ ਮੁੰਜੇ ਬੰਬੇ ਇੰਡਸਟਰੀ ਮੇ ਰਹਿਣਾ ਉਹਦੀ ਚੋਇਸ ਸੀ ਮੇਰੀ ਬੇਸਿਕਲੀ ਆਦਤ ਆ ਮੇਰੇ ਨਾਲ ਜਿਹੜੀਆਂ ਮਾਡਲਸ ਕੰਮ ਕਰਦੀਆਂ ਮੇਰੇ ਨਾਲ ਪਿੱਛੇ ਮੈਂ ਲਾਸਟ ਟਾਈਮ ਜਿਹੜੇ ਗਾਣੇ ਕੀਤੇ ਮੈਂ ਉੱਥੇ ਗ੍ਰੀਸ ਕਰਕੇ ਆਇਆ ਸੀ ਤੇ ਮੈਂ ਉਹ ਲੜਕੀ ਨੂੰ ਕਿਹਾ ਵੀ ਤੂੰ ਸਾੜੀ ਲੈ ਕੇ ਜਾਣੀ ਉਹ ਕਹਿੰਦੀ ਸਰ ਮੇਰਾ ਮਜ਼ਾਕ ਉਡ ਰਿਹਾ ਲੋਕ ਕਹਿ ਰਹੇ ਕਿ ਕੈਸਾ ਆਦਮੀ ਹੈ ਕੈਸਾ ਡਾਕਟਰ ਹੈ ਜੇ ਤੁਹਾਰਾ ਗ੍ਰੀਸ ਯੂਰਪ ਮੇ ਲੈ ਜਾ ਕੇ ਸਾੜੀ ਪਹਿਨ ਆਏਗਾ ਮੈਂ ਕਿਹਾ ਤੂੰ ਉਹ ਚ ਕੀ ਪ੍ਰੋਬਲਮ ਹੈ ਮੈਂ ਉਹਨਾਂ ਨੂੰ ਕੁੜੀਆਂ ਨੂੰ ਇੱਕ ਚੀਜ਼ ਸਮਝਾਉਣਾ ਹੁੰਦਾ ਕਿ ਪਰਮਾਤਮਾ ਨੇ ਤੁਹਾਨੂੰ ਖੂਬਸੂਰਤੀ ਦਿੱਤੀ ਇਹ ਪਰਮਾਤਮਾ ਦਾ ਸਭ ਤੋਂ ਵੱਡਾ ਤੋਹਫਾ ਤੁਹਾਡੇ ਲਈ ਗਿਫਟ ਹੈ ਜਿਹੜਾ ਗਿਫਟ ਹੈ ਉਹ ਹਮੇਸ਼ਾ ਰੈਪ ਕੀਤਾ ਹੋਇਆ ਅੱਛਾ ਲੱਗਦਾ ਆਪਾਂ ਕਦੀ ਕਿਸੇ ਲਈ ਗਿਫਟ ਲੈਂਦੇ ਹਾਂ ਆਪਾਂ ਉਹਨੂੰ ਇੱਦਾਂ ਖੋਲ ਕੇ ਨਹੀਂ ਚਾਹੇ ਪੈਨਸਲ ਬਾਕਸ ਹੋਵੇ ਸਕੂਲ ਦੇ ਬੱਚੇ ਨੂੰ ਵੀ ਆਪਾਂ ਪੈਨਸਲ ਬਾਕਸ ਹੋ ਆਪਣੇ ਕਿਸੇ ਕਿਉਰਿਓਸਿਟੀ ਬਣੀ ਰਹਿੰਦੀ ਹੈ ਤੇ ਉਹ ਗਿਫਟ ਹਮੇਸ਼ਾ ਗਿਫਟ ਰੈਪ ਕੀਤਾ ਹੋਊਗਾ ਤੇ ਉਹਦੀ ਕੀਮਤ ਹੈ ਆਪਾਂ ਉਹਨੂੰ ਖੋਲ ਕੇ ਦੇ ਦਾਂਗੇ ਤੇ ਉਹਦੀ ਕੀਮਤ ਖਤਮ ਹੋ ਜਾਏਗੀ ਕਦਰ ਘਟ ਜਾਏਗੀ ਸੋ ਅਗਰ ਪਰਮਾਤਮਾ ਨੇ ਤੁਹਾਨੂੰ ਇਸ ਕਲਾ ਚਿੱਤਰ ਨੂੰ ਤੁਹਾਨੂੰ ਇਹਦੇ ਗਿਫਟ ਦਿੱਤਾ ਤੇ ਆਪਣੇ ਆਪ ਨੂੰ ਰੈਪ ਕਰਕੇ ਰੱਖੋ ਤੁਹਾਡੀ ਖੂਬਸੂਰਤੀ ਉਹਦੇ ਚ ਹੈ ਅੱਛਾ ਜੱਸੀ ਜਦੋਂ ਇਹ ਗਾਣਾ ਆ ਗਿਆ ਸੀ ਦਿਲ ਲੈ ਗਈ ਕੁੜੀ ਗੁਰਰਾਜ ਦੀ ਮਸ਼ਹੂਰ ਹੋ ਗਿਆ ਸੀ ਪੈਸਾ ਆ ਗਿਆ ਸੀ ਚੰਗਾ ਇਹਦੇ ਕੋਲ ਨਹੀਂ ਪਹਿਲੇ 2 ਸਾਲ ਤਾਂ ਇਹਨੂੰ ਪਰ ਸ਼ੋ 2000 ਰੁਪਏ ਮਿਲਦਾ ਰਿਹਾ ਕਿਉਂਕਿ ਇਹਦੇ ਪ੍ਰਮੋਸ਼ਨ ਤੇ ਇਹਨੂੰ ਕੋਈ ਸਟਾਰ ਤਾਂ ਹੈ ਨਹੀਂ ਸੀ ਤੇ ਬੇਸਿਕਲੀ ਸੱਚਾਈ ਤੁਹਾਨੂੰ ਮੈਂ ਜਿਹੜੀ ਦੱਸਦਾ ਕਿ ਟਾਈਮਸ ਅਖਬਾਰ ਵਾਲਿਆਂ ਦੇ ਉਹਦਾ ਚੈਨਲ ਦੇ ਉੱਪਰ ਬਹੁਤ ਸਾਰਾ ਪੈਸਾ ਲਾਤੇ ਸੀਗਾ ਜਿਹੜਾ ਕਿ ਚੈਨਲਾਂ ਨੇ ਟਾਈਮਸ ਦੇ ਵਿੱਚ ਆਪਣੀ ਨਿਊਜ਼ ਦੇ ਆਪਣੀ ਐਡਵਰਟਾਈਜ਼ਮੈਂਟ ਦੇ ਦੇ ਕੇ ਉਹਨਾਂ ਦਾ ਕ੍ਰੈਡਿਟ ਸੀਗਾ ਉਹਨਾਂ ਨੂੰ ਕਿਸੇ ਪ੍ਰੋਫੈਸ਼ਨਲ ਬੰਦੇ ਨੇ ਸਲਾਹ ਦਿੱਤੀ ਵੀ ਤੁਸੀਂ ਕੋਈ ਸਿੰਗਰ ਲਾਂਚ ਕਰੋ ਤੁਸੀਂ ਚੈਨਲਾਂ ਤੇ ਉਹਦਾ ਚਲਾਓ ਪ੍ਰੋਮੋ ਤੇ ਤੁਸੀਂ ਆਪਣੇ ਪੈਸੇ ਰਿਕਵਰ ਕਰੋ ਤੇ ਉਹਨਾਂ ਨੂੰ ਬੰਬੇ ਰਹਿੰਦੇ ਸੀ ਉਹਨਾਂ ਨੂੰ ਪੰਜਾਬੀ ਸਿੰਗਰਾਂ ਬਾਰੇ ਪਤਾ ਨਹੀਂ ਸੀ ਉਹਨਾਂ ਨੇ ਪੰਮੀ ਬਾਈ ਦਾ ਕਿਸੇ ਨੇ ਨਾਮ ਦੱਸਿਆ ਕਿ ਪੰਜਾਬ ਦਾ ਜਿਹੜਾ ਫੋਕ ਸਿੰਗਰ ਹੈ ਉਹ ਬਹੁਤ ਇੱਕ ਗ੍ਰੇਟ ਨਾਮ ਹੈ ਪੰਮੀ ਬਾਈ ਪੰਮੀ ਬਾਈ ਨੂੰ ਵੀ ਉਹ ਵੀ ਦੇਸੀ ਆਦਮੀ ਤੇ ਉਹ ਇੱਥੇ ਰਹਿੰਦੇ ਸੀ ਉਸ ਵੇਲੇ ਤੇ ਉਹਨਾਂ ਨੇ ਕਿਹਾ ਵੀ ਯਾਰ ਮੈਂ ਤੁਹਾਨੂੰ ਇੱਕ ਨਵਾਂ ਬੰਦਾ ਦੇ ਦਿੰਦਾ
ਉਹਨਾਂ ਨੇ ਜੱਸੀ ਦਾ ਨਾਮ ਰਿਕਮੈਂਡ ਕਰਤਾ। ਜੱਸੀ ਬੋਂਬੇ ਗਿਆ ਤੇ ਇਹ ਇੰਨਾ ਸਿੱਧਾ ਸੀ, ਇਹਦਾ ਮੈਨੂੰ ਰੂਟੀਨ 'ਚ ਡੇਲੀ ਫੋਨ ਇਹਦਾ ਮੈਨੂੰ ਦੂਸਰੇ ਤੀਸਰੇ ਰੋਜ਼ ਆਉਂਦਾ ਸੀ ਕਿ ਭਾਜੀ ਮੈਂ ਨਾ ਅੱਜ ਮੇਰੇ ਕੋਲ ਆਹ ਗਲਤੀ ਹੋ ਗਈ। ਕਹਿੰਦਾ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡਾ ਐਡਰੈਸ ਇਹਨਾਂ ਨੂੰ 40,000 ਰੁਪਏ ਦੇ ਰਿਹਾ ਤੇ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਕੋਲ ਨਾਈਕ ਤੇ ਰੀਬੋਕ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਟੀ ਸ਼ਰਟਾਂ ਆਈਆਂ, ਮੈਂ ਉਹ ਪਾ ਲਾਂਗਾ। ਤੇ ਹੁਣ ਕਹਿੰਦਾ ਮੈਂ ਸੋਚਿਆ ਉਹਨਾਂ ਦੇ ਪੈਸੇ ਬਚਾ ਦੇਵਾਂ। ਕਹਿੰਦਾ ਉਹਨਾਂ ਨੇ ਕਿਹਾ ਵੀ ਆਪਾਂ ਨਾਈਕ ਦਾ ਰੀਬੋਕ ਦੀ ਐਡ ਨਹੀਂ ਬਣਾ ਰਹੇ। ਕਹਿੰਦਾ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਦਾਂ ਕਰੋ, ਮੈਨੂੰ ਬਹੁਤ ਮਹਿੰਗਾ ਹੋਟਲ ਦਿੱਤਾ ਹੋਇਆ, ਮੈਂ ਦੂਜੇ ਹੋਟਲ ਸ਼ਿਫਟ ਕਰ ਦਿੰਦੇ। ਉਹ ਕਹਿੰਦੇ ਅਸੀਂ ਤੈਨੂੰ ਨਹੀਂ ਹੋਟਲ ਦਿੱਤਾ, ਤੂੰ ਟਾਈਮਸ ਦਾ ਆਰਟਿਸਟ ਹਾਂ, ਅਸੀਂ ਟਾਈਮਸ ਦੇ ਆਰਟਿਸਟ ਦਾ ਹੀ ਲੈਵਲ ਹੈ, ਅਸੀਂ ਹੁਣ ਤੈਨੂੰ ਆਹ ਵਾਲਾ ਇਸ ਕਰਕੇ ਹੋਟਲ ਦਿੱਤਾ ਹੋਇਆ। ਬਿਲਕੁਲ ਠੀਕ ਹੈ। ਤੇ ਮਤਲਬ ਇਹਨਾਂ ਨੂੰ ਇਹ ਪਤਾ ਹੀ ਨਹੀਂ ਸੀ ਵੀ ਕੀ ਹੁੰਦਾ ਕੀ ਹੈ, ਸਟਾਰ ਨਾਮ ਕਿਆ ਹੁੰਦਾ। ਬਿਲਕੁਲ ਠੀਕ ਹੈ। ਤੇ ਉਹ ਫਿਰ ਬਾਅਦ 'ਚ ਵੀ ਕਈ ਵਾਰੀ ਕਹਿੰਦਾ ਰਿਹਾ ਮੈਨੂੰ ਵੀ ਭਾਜੀ ਮੈਂ ਕਲਾ ਆਰਟਿਸਟ ਹੀ ਬਣਿਆ ਨਾ, ਸਟਾਰ ਹੀ ਬਣਿਆ ਨਾ, ਦਿਮਾਗ ਥੋੜ੍ਹੀ ਖਰਾਬ ਹੋਇਆ। ਲੇਕਿਨ ਲੇਟਰ ਸਟੇਜ 'ਤੇ ਕਈ ਬੰਦਿਆਂ ਨੇ ਕਿਹਾ ਵੀ ਕਿ ਸੱਚੀ ਨਹੀਂ ਉਹਦਾ ਦਿਮਾਗ ਖਰਾਬ ਹੋ ਗਿਆ ਸੀ। ਤੋ ਕਈ ਵਾਰੀ ਜਦੋਂ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਸਫਲਤਾ ਸੰਭਾਲਣੀ ਹੋਈ ਜੱਸੀ ਤੋਂ ਕਹਿ ਸਕਦੇ ਹਾਂ, ਸਫਲਤਾ ਸੰਭਾਲੀ ਵੀ ਹੈਗੀ ਹੈ। ਲੇਕਿਨ ਕਿਸ ਕਈ ਲੈਵਲ ਤੇ ਤੁਸੀਂ ਜਦੋਂ ਜਿਹੜੇ ਉਹਦੇ ਨਾਲ ਦੇ ਬੰਦੇ ਸੀ, ਜਿਹੜਾ ਬਲਬੀਰ ਭੀਰਾ ਉਹਦੇ ਨਾਲ ਭੀਰਾ, ਉਹ ਜੱਸੀ ਨਾਲੋਂ ਬੈਟਰ ਸਿੰਗਰ, ਉਹ ਲੇਕਿਨ ਉਹ ਇਹ ਕਿ ਵਿਚਾਰਾ ਨਹੀਂ ਕਾਮਯਾਬ ਹੋਇਆ। ਇਹ ਸਫਲਤਾ ਮਿਲਣੀ ਵੀ ਤੁਹਾਡੀ ਕਿਸਮਤ ਹੈ। ਇਹ ਭੀਰਾ ਜਿਹੜਾ ਹੈਗਾ ਉਹ ਜੱਸੀ ਨਾਲੋਂ ਬੈਟਰ ਸਿੰਗਰ ਹੈ, ਲੇਕਿਨ ਇਹ ਕਿ ਉਹ ਇੱਕ ਬਹੁਤ ਜ਼ਿਆਦਾ ਪਿਛੋਕੜ, ਬਹੁਤ ਪੇਂਡੂ ਸੀਗਾ, ਦੇਸੀ ਆਦਮੀ ਹੈ, ਉਹਨੂੰ ਇਹ ਵੀ ਨਹੀਂ ਪਤਾ ਕਿ ਮੋਇਸਚਰਾਈਜ਼ਰ ਮੋਇਸਚਰਾਈਜ਼ਰ ਵੀ ਨਹੀਂ ਕਹਿ ਸਕਦਾ ਉਹ ਵੀ ਹੋਟਲ 'ਚ ਜਾਂਦੇ ਤੇ ਉਹ ਬਾਥਰੂਮ 'ਚ ਫ੍ਰੀ ਪਿਆ ਹੁੰਦਾ ਤੇ ਉਹ ਫ੍ਰੀ ਹੁੰਦਾ। ਬਿਲਕੁਲ ਠੀਕ ਹੈ। ਤੇ ਉਹਨੂੰ ਵਿਚਾਰਾ ਉਹ ਕਰੀਮ ਕਹਿ ਕੇ ਸਾਰ ਦਿੰਦਾ ਤੇ ਉਹ ਬਹੁਤ ਸੁਖਵਿੰਦਰ ਕੋਲੋਂ ਜੱਸੀ ਹਲੇ ਵੀ ਡਰਦਾ, ਕਿਉਂਕਿ ਸੁਖਵਿੰਦਰ ਦੀ ਜਿਹੜੀ ਗਾਇਕੀ ਹੈ ਬਬਲੂ ਦੀ, ਉਹਦਾ ਪਹਿਲਾ ਗਾਣਾ ਆਇਆ ਸੀ ਕੀ ਹੋਇਆ ਕੁੜੀਆਂ ਤੂੰ ਲੁਧਿਆਣੇ, ਮੁੰਡਾ ਸਾਊਥ ਹਾਲ ਦਾ। ਸੁਖਵਿੰਦਰ ਬਬਲੂ ਇੱਕ ਉਹ ਆਦਮੀ ਹੈ ਜਿਹਨੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਆਪਣੀ ਮਿਊਜ਼ਿਕ 'ਚ ਗਵਾਇਆ। ਇੰਗਲੈਂਡ ਮੈਂ ਰਜਿੰਦਰ ਭਾਈ ਦੇ ਸਟੂਡੀਓ ਉੱਥੇ ਗਿਆ ਸੀ, ਉਹਨਾਂ ਮੈਨੂੰ ਗਵਾਈ, ਮਤਲਬ ਉਹਨਾਂ ਨੇ ਖੁਦ ਦੱਸਿਆ ਕਿ ਉਹਨਾਂ ਨੇ ਵੀ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਪੁੱਛਿਆ ਵੀ ਯਾਰ ਇਹ ਪਾਇਲਟ ਕਿਹਨੇ ਗਾਇਆ ਹੋਇਆ। ਅੱਛਾ। ਤੋ ਸੁਖਵਿੰਦਰ ਨੇ ਕਿਹਾ ਜੀ ਉਹ ਤਾਂ ਮੈਂ ਹੀ ਗਾਇਆ। ਉਹ ਕਹਿੰਦੇ ਯਾਰ ਤੂੰ ਵੀ ਚੰਗਾ ਗਾ ਲੈਣਾ, ਤੂੰ ਗਾ ਲੈਣਾ ਗੀਤ ਉਹ ਗਾਣਾ ਨੀ ਮੈਨੂੰ ਐਗਜੈਕਟਲੀ ਧਿਆਨ, ਉਹਨਾਂ ਨੇ ਕਿਹਾ ਯਾਰ ਤੂੰ ਗਾ ਲੈਣਾ, ਤੇ ਇਹਨੇ ਕੁਛ ਐਸਾ ਲਫ਼ਜ਼ ਯੂਜ਼ ਕੀਤਾ ਕਿ ਮੈਂ ਤਾਂ ਉਹ ਕਰ ਦਿੰਦਾ ਜਿਹੜਾ ਮੈਂ ਨਹੀਂ ਯੂਜ਼ ਕਰ ਸਕਦਾ। ਉਹ ਰਜਿੰਦਰ ਭਾਈ ਕਹਿੰਦੇ ਇਹ ਹੀਰਾ ਗਰੁੱਪ, ਇਹ ਸਾਰੇ ਪਲਵਿੰਦਰ ਧਾਮੀ, ਇਹ ਸਾਰੇ ਉੱਥੇ ਹੀ ਸੀਗੇ। ਬਿਲਕੁਲ ਠੀਕ ਹੈ। ਤੇ ਸਾਊਥ ਹਾਲ ਉੱਥੇ ਇਹਨਾਂ ਦਾ ਸਟੂਡੀਓ ਸੀ ਪਿੱਛੇ ਮੇਨ ਮਾਰਕੀਟ ਦੇ ਪਿੱਛੇ ਬੈਕ ਸਾਈਡ ਤੇ, ਮੈਂ ਉੱਥੇ ਸੁਰਿੰਦਰ ਬੱਚਨ ਨਾਲ ਅਸੀਂ ਇਕੱਠੇ ਰਿਕਾਰਡਿੰਗ ਕਰਦੇ ਰਹੇ ਉੱਥੇ। ਠੀਕ ਹੈ। ਤੇ ਆਪਣਾ ਇਹ ਸਾਰੇ ਮੁੰਡੇ ਆਪਣੇ ਜਲੰਧਰ ਤੋਂ ਸਾਰਾ ਗਰੁੱਪ ਗਿਆ ਸੀ ਤੇ ਪਲਵਿੰਦਰ ਧਾਮੀ ਨਾਲ ਹੀਰਾ ਗਰੁੱਪ ਉਹਨਾਂ ਨਾਲ ਪਲਵਿੰਦਰ ਧਾਮੀ ਨੇ ਹੋਣਾ ਅਸੀਂ ਇਕੱਠੇ ਕੰਮ ਕੀਤਾ। ਸ਼ੰਕਰ ਸਾਨੀ ਮੁੰਡਾ, ਵਿਵੇਕ ਸਾਨੀ ਦਾ ਭਰਾ ਬ੍ਰਦਰ ਛੋਟਾ, ਉਹਦੇ ਫਾਦਰ ਮਿਊਜ਼ਿਕ ਦੇ ਪ੍ਰੋਫੈਸਰ ਸੀ ਸ਼ੰਕਰ ਸਾਨੀ ਦਾ। ਲੋਕਾਂ ਨੇ ਐਵੇਂ ਇੱਕ ਹਵਾ ਬਣੀ ਸੀ ਸ਼ੰਕਰ ਸਾਨੀ ਜੀ ਇੱਦਾਂ ਦਾ ਹੈਗਾ, ਉਹ ਹਾਈ ਹੈਡਡ ਹੈ। ਲੇਕਿਨ ਜਦੋਂ ਮੈਂ ਸ਼ੰਕਰ ਸਾਨੀ ਨਾਲ ਕੰਮ ਕੀਤਾ, ਸ਼ੰਕਰ ਸਾਨੀ ਨੇ ਮੇਰੇ ਨਾਲ ਰਿਹਾ, ਮੈਂ ਕਿਹਾ ਯਾਰ ਤੇਰੀ ਤਾਂ ਰੈਪੂਟੇਸ਼ਨ ਲੋਕਾਂ ਨੇ ਐਵੇਂ, ਉਹ ਜਿਹੜੇ ਲੋਕੀ ਮਿਲੇ ਵੀ ਨਹੀਂ ਹੁੰਦੇ ਕਈ ਵਾਰੀ ਐਵੇਂ ਲੱਗਣ ਲੱਗ ਪੈਂਦਾ ਵੀ ਨਹੀਂ ਨਹੀਂ ਉਹ ਬਹੁਤ ਐਟੀਚਿਊਡ ਵਾਲਾ ਬੰਦਾ, ਉਹ ਮਿਸਬਿਹੇਵ ਕਰਦਾ, ਉਹ ਬਹੁਤ ਹੋਰ। ਸ਼ੰਕਰ ਸਾਨੀ ਬਹੁਤ ਸੌਫਟ ਹਾਰਟ। ਤੁਸੀਂ ਜਿਹਦਾ ਨਾਮ ਲਏ ਭਾਜੀ ਸ਼ੰਕਰ ਸਾਨੀ ਦਾ ਲੈ ਲਈਏ, ਮੈਂ ਵੀ ਚੰਗੀ ਤਰ੍ਹਾਂ ਮਿਲਿਆ ਕਈ ਵਾਰ ਉਹਨਾਂ ਨੂੰ, ਜਾਂ ਪਲਵਿੰਦਰ ਧਾਮੀ ਦਾ ਲੈ ਲਈਏ, ਚਲੋ ਆਪਣਾ ਲਾਭ ਜੰਜੂਆਂ ਤਾਂ ਐਕਸਪਾਇਰ ਹੋ ਗਏ ਪਿੱਛੇ। ਲਾਭ ਜੰਜੂਆਂ ਨੂੰ ਮੈਂ ਜਦੋਂ ਉਹਦੇ ਨਾਲ ਕੰਮ ਕੀਤਾ ਸੀ ਲਾਭ ਜੰਜੂਏ ਨਾ, ਤੇ ਮੈਂ ਉਹਨੂੰ ਕਹਿੰਦਾ ਸੀ ਤੂੰ ਨਵੇਂ ਸਾਲ ਦੇ ਪ੍ਰੋਗਰਾਮ ਹੁੰਦੇ ਸੀ, ਮੈਂ ਉਹਨੂੰ ਕਹਿੰਦਾ ਸੀ ਤੂੰ ਗਾਣੇ ਦੇ ਉੱਤੇ ਡਾਂਸ ਨਾ ਕਰ, ਬਿਕੋਜ਼ ਤੇਰੀ ਏਜ ਜਾਂ ਤੇਰਾ ਉਹ ਲੈਵਲ ਨਹੀਂ ਹੈ, ਤੂੰ ਸੈਡ ਸੌਂਗ ਤੋਂ ਇੱਕ ਉੱਠਿਆ ਸੀ ਉਹਦਾ ਪਹਿਲਾ ਗਾਣਾ, ਕੁਲਜੀਤ ਨੇ ਮਿਊਜ਼ਿਕ ਡਾਇਰੈਕਟਰ ਨੇ ਗਵਾਇਆ ਸੀ, ਉਹਦੇ 'ਚ ਉਹ ਕੁੜੀ ਦੀ ਉਹਦੀ ਸਿਸਟਰ ਦੀ ਡੈਥ ਹੋ ਜਾਂਦੀ, ਉਹ ਡੈਥ ਵਾਲਾ ਗਾਣਾ ਸੀ, ਲੋਕੀ ਸੁਣ ਕੇ ਰੋਣ ਲੱਗ ਪਏ ਸੀ ਅਸੀਂ, ਇੰਨਾ ਹਾਰਟ ਟਚਿੰਗ ਸੀਗਾ, ਬਹੁਤ ਮਤਲਬ ਗਾਣਾ ਸੀ। ਤੇ ਕਈ ਬੰਦੇ ਜਿਹੜੇ ਹੈਗੇ ਅਸੀਂ, ਕਿਉਂਕਿ ਸਾਡੀ ਬੇਸਿਕਲੀ ਸਕੂਲਿੰਗ ਦੂਰਦਰਸ਼ਨ ਤੋਂ ਹੋਈ, ਤੇ ਦੂਰਦਰਸ਼ਨ ਦੇ ਵਿੱਚ ਤਾਂ ਬਿਨਾਂ ਸਿਰ ਤੇ ਚੁੰਨੀ ਤੋਂ
ਜਾਂ ਜੇ ਮਾੜਾ ਮੋਟਾ ਸੋਫਟ ਜਨਰਲ ਗਾਣਾ ਵੀ ਹੁੰਦਾ ਸੀ ਉਹ 'ਚ ਹੱਥ ਫੜਨਾ ਵੀ ਅਲਾਊਡ ਨਹੀਂ ਹੁੰਦਾ ਸੀ ਅਤੇ ਪਹਿਲਾਂ ਪ੍ਰੀਵਿਊ ਕਮੇਟੀ ਬੈਠਦੀ ਸੀ ਉਹ ਦੇਖਦੀ ਸੀ ਮੈਂ ਤੁਹਾਨੂੰ ਅੱਗੇ ਦਿਖਾਵਾਂ ਤਾਂ ਮੈਂ ਪਹਿਲਾਂ ਜਦੋਂ ਐਜ ਐਨ ਐਕਟਰ ਦੂਰਦਰਸ਼ਨ 'ਚ ਆਇਆ ਸੀ ਅਤੇ ਮੈਂ ਉਹ 'ਚ ਫੌਜੀ ਦਾ ਰੋਲ ਕੀਤਾ ਸੀ ਅਤੇ ਉਹ ਮੇਰੀ ਫੇਸਬੁੱਕ 'ਤੇ ਵੀ ਕਈ ਵਾਰੀ ਪਿਆ ਹੁੰਦਾ ਉਹਦੀ ਫੋਟੋ ਪੁਰਾਣੀਆਂ ਯਾਦਾਂ ਹੈਗੀਆਂ ਅਤੇ ਅਸੀਂ ਫਿਰ ਇਹ ਵੀ ਰਹੇ ਕਿ ਸਾਨੂੰ ਇੰਨੀ ਮਿਹਨਤ ਕੀਤੀ ਅਸੀਂ ਮੈਂ ਭੱਟੀ ਸਾਹਿਬ ਨਾਲ ਜਸਪਾਲ ਭੱਟੀ ਜੀ ਨਾਲ ਫੁੱਲ ਟੈਨਸ਼ਨ ਦੇ ਵਿੱਚ ਅਸੀਂ ਸਾਰੇ ਨਾਲ ਸੀ ਵਿਵੇਕ ਚੌਕ ਵਿਨੋਦ ਸ਼ਰਮਾ ਜੀ ਅਸੀਂ ਸਾਰੇ ਕਰੋੜਪਤੀ ਬਣੇ ਆ ਲੋਟਰੀ ਨਿਕਲੀ ਉਹਨਾਂ ਦੀ ਅਸੀਂ ਜਿਹੜਾ ਮੁੰਡਾ ਆਪਣਾ ਸੁਨੀਲ ਗਰੋਵਰ ਇਹਨੇ ਪ੍ਰੋਫੈਸਰ ਮਨੀ ਪਲਾਂਟ ਭੱਟੀ ਸਾਹਿਬ ਨੇ ਸੀਰੀਅਲ ਸ਼ੁਰੂ ਕੀਤਾ ਸੀ ਉਹਦੇ ਚ ਮੇਨ ਲੀਡ ਰੋਲ ਇਹਨੇ ਸੁਨੀਲ ਮਸ਼ਹੂਰ ਗੁਲਾਟੀ ਹੈ ਡਾਕਟਰ ਮਸ਼ਹੂਰ ਗੁਲਾਟੀ ਹੀ ਬਸ ਇਹੋ ਬੇਸਿਕਲੀ ਡਾਕਟਰ ਨਹੀਂ ਉਹ ਪ੍ਰੋਫੈਸਰ ਹੈ ਪ੍ਰੋਫੈਸਰ ਮਨੀ ਪਲਾਂਟ ਸੀਗਾ ਉਹ ਸੀਰੀਅਲ ਦਾ ਨਾਮ ਅਤੇ ਉਹਦਾ ਟਾਈਟਲ ਰੋਲ ਇਹਨੇ ਕੀਤਾ ਸੀ ਲੇਕਿਨ ਉਹ ਫਿਰ ਇਹ ਮੁੰਡਾ ਬਹੁਤ ਕਾਬਲ ਹੈ ਸੁਨੀਲ ਗਰੋਵਰ ਬਹੁਤ ਵਧੀਆ ਆਰਟਿਸਟ ਹੈ ਬਹੁਤ ਅੱਛਾ ਇਹਦੀ ਟਾਈਮਿੰਗ ਬਹੁਤ ਅੱਛੀ ਹੈ ਅੱਛਾ ਇੱਕ ਚੀਜ਼ ਭਾਅ ਜੀ ਯਾਦ ਆ ਜਾਂਦੀ ਵੀ ਇਹ ਜਿੱਦਾਂ ਹਰਭਜਨ ਸ਼ੇਰਾ ਦੀ ਗੱਲ ਕਰੀਏ ਜਾਂ ਕੈਟਰਕ ਨੇ ਗੌਰਵ ਤਰੇਹਨ ਨੇ ਬਥੇਰੇ ਸਿੰਗਰ ਪੈਦਾ ਕੀਤੇ ਨੇ ਟੌਪ ਦਾ ਸਿੰਗਰ ਰਹੇ ਸਾਰੇ ਉਹ ਜਾਂ ਜਰਨੈਲ ਘੁਮਾਨ ਹੋਣੀ ਵੀ ਪਿੱਲਰ ਆਫ ਦਾ ਆਪਾਂ ਕਹਿ ਸਕਦੇ ਇੰਡਸਟਰੀ ਅੱਜ ਇਹ ਪਿੱਛੇ ਕਿਉਂ ਆ ਗਏ ਕਿਉਂਕਿ ਅੱਜ ਵੀ ਇਹਨਾਂ ਦੇ ਗਾਣੇ ਗੁਣਾਏ ਜਾਂਦੇ ਨੇ ਪਰ ਇਹ ਉਸ ਲੈਵਲ 'ਤੇ ਉਹ ਪਿੱਛੇ ਕਿਉਂ ਰਹਿ ਗਏ ਐਕਚੁਅਲੀ ਕੀ ਹੁੰਦਾ ਕਿ ਕਈ ਵਾਰੀ ਨਾ ਜਿਹੜੀ ਲੋਕਾਂ ਦੀ ਐਕਸਪੈਕਟੇਸ਼ਨ ਹੁੰਦੀ ਹੈ ਵੀ ਇਹ ਜਿਹੜਾ ਆਰਟਿਸਟ ਹੈ ਜਿਹੜਾ ਇਹ ਬੰਦਾ ਹੈਗਾ ਇਹਦੇ ਕੋਲ ਬਹੁਤ ਪੈਸਾ ਹੋਣਾ ਚਾਹੀਦਾ ਤੁਸੀਂ ਕੁਲਬੀਰ ਹੈ ਕੁਲਬੀਰ ਦਾ ਜਾ ਜਾ ਵੀ ਤੁਹਾਨੂੰ ਦੱਸਦਾ ਕਿੰਨਾ ਸੁਪਰ ਹਿੱਟ ਹੋਇਆ ਸੀ ਬਿਲਕੁਲ ਠੀਕ ਹੈ ਹਾਂ ਉਦੋਂ ਪੈਰਲਲ ਹਿੱਟ ਹੋਇਆ ਸੀਗਾ ਇਹਦਾ ਬੱਬੂ ਮਾਨ ਦਾ ਗੌਰਵ ਨੇ ਸਾਰੇ ਕੀਤੇ ਸੀ ਰਿਲੀਜ਼ ਹਰਭਜਨ ਸ਼ੇਰਾ ਕੀਤਾ ਸੀ ਫਿਰ ਮਾਹੀ ਮਾਹੀ ਮੁੰਡੇ ਸੀਗੇ ਉਹ ਕੀਤੇ ਡੋਲੀ ਸਿੰਘ ਕੀਤੀ ਸੀ ਮਤਲਬ ਗੌਰਵ ਕਿੰਗ ਮੇਕਰ ਸੀ ਗੌਰਵ ਜਿਹੜੇ ਵੀ ਬੰਦੇ ਨੂੰ ਲਾਂਚ ਕਰਦਾ ਸੀ ਉਹ ਹਿੱਟ ਹੋ ਜਾਂਦਾ ਸੀ ਗੌਰਵ ਨੇ ਗਲਤੀ ਕੀਤੀ ਜਿਹੜਾ ਆਪ ਗਾ ਕੇ ਉਹਨੇ ਆਪਣੀ ਕੈਸਟ ਰਿਲੀਜ਼ ਕੀਤੀ ਉਹ ਨਹੀਂ ਚ ਕਿਉਂਕਿ ਗੌਰਵ ਜਦੋਂ ਕਿਸੇ ਵੀ ਬੰਦੇ ਨੂੰ ਇਹ ਲੱਗਦਾ ਵੀ ਜਿੱਦਾਂ ਦਵਿੰਦਰ ਖੰਨੇ ਵਾਲਾ ਸੀ ਉਹ ਬਹੁਤ ਵਧੀਆ ਰਾਈਟਰ ਸੀ ਉਹਨੇ ਜਦੋਂ ਬਾਅਦ ਚ ਕਈ ਵਾਰੀ ਬੰਦੇ ਨੂੰ ਇਹ ਲਾਉਂਦਾ ਵੀ ਮੈਂ ਵੀ ਸਕਰੀਨ ਤੇ ਆਵਾਂ ਮੇਰੀ ਸਰਦੂਲ ਸਿਕੰਦਰ ਭਾਈ ਨਾਲ ਗੱਲ ਚੱਲਦੀ ਪਈ ਸੀ ਮੈਂ ਇੱਦਾਂ ਗੱਲ ਕੀਤੀ ਮੈਂ ਵੈਸੇ ਹੀ ਉਹਨਾਂ ਦੀ ਟਾਈਮਿੰਗ ਬੜੀ ਅੱਛੀ ਸੀ ਕੌਮਿਕ ਟਾਈਮਿੰਗ ਨੇ ਉਹ ਗੱਲ ਬਹੁਤ ਵਧੀਆ ਕਰਦੇ ਹੁੰਦੇ ਬਿਲਕੁਲ ਠੀਕ ਉਹ ਗੱਲ ਹੋਈ ਮੈਂ ਕਿਹਾ ਭਾਜੀ ਦਵਿੰਦਰ ਵੈਸੇ ਬੰਦਾ ਵਧੀਆ ਕਹਿੰਦੇ ਆਹੋ ਜੇ ਨਾ ਗਾਵੇ ਤਾਂ ਚਲੋ ਇਹ ਤਾਂ ਵੀ ਕਹਿੰਦੇ ਉਹ ਰਾਈਟਰ ਯਾਰ ਇੰਨਾ ਅੱਛਾ ਉਹਨੂੰ ਗਾਉਣ ਦੀ ਕੀ ਲੋੜ ਪੈ ਗਈ ਬਿਲਕੁਲ ਠੀਕ ਹੈ ਜੇ ਨਾ ਗਾਵੇ ਤਾਂ ਬੰਦਾ ਬਹੁਤ ਵਧੀਆ ਯਾਦ ਆ ਰਿਹਾ ਕਹਿੰਦੇ ਦਵਿੰਦਰ ਕੋਹੇ ਨੂਰ ਜਿੰਨਾ ਚਿਰ ਪੰਜਾਬੀ ਗਾਉਂਦਾ ਰਿਹਾ ਬਹੁਤ ਵਧੀਆ ਗਿਆ ਟੀ ਸੀਰੀਜ਼ 'ਤੇ ਉਹਦਾ ਨੰਬਰ ਆਇਆ ਸੀ ਹਿੰਦੀ 'ਚ ਕਿ ਨਾਜ਼ੁਕ ਨਾਜ਼ੁਕ ਹੱਥੋਂ ਸੇ ਵੋ ਛੂਟ ਗਿਆ ਖੇਲ ਖੇਲ ਮੇਂ ਦਿਲ ਕਾ ਸ਼ੀਸ਼ਾ ਟੂਟ ਗਿਆ ਉਹ ਜਦੋਂ ਕੋਹੇ ਨੂਰ ਨੇ ਹਿੰਦੀ ਗਾਇਆ ਮੁੜ ਕੇ ਕਿਸੇ ਨੂੰ ਨਹੀਂ ਪਤਾ ਵੀ ਕੋਹੇ ਨੂਰ ਕਿੱਥੇ ਬੇਸਿਕਲੀ ਤੁਹਾਡੀ ਟੋਨ ਹੁੰਦੀ ਹੈ ਤੁਹਾਡਾ ਇੱਕ ਸਟਾਈਲ ਹੁੰਦਾ ਜਦੋਂ ਤੁਸੀਂ ਉਸ ਤੋਂ ਬਾਹਰ ਨਿਕਲ ਕੇ ਗੱਲ ਕਰਦੇ ਹੋ ਜੈਜ਼ੀ ਬੀ ਨਾਲ ਮੈਂ ਮਾਨਕ ਸਾਹਿਬ ਨਾਲ ਮਾਨਕ ਸਾਹਿਬ ਆਪਣੇ ਸਾਰਿਆਂ ਦੇ ਮੈਂ ਨਵੇਂ ਸਾਲ ਦੇ ਵਿੱਚ ਗਾਣੇ ਕਰਦਾ ਰਿਹਾ ਹੰਸ ਭਾਈ ਦੇ ਮਾਨਕ ਸਾਹਿਬ ਦੇ ਤੇ ਜੈਜ਼ੀ ਬੀ ਮੇਰੇ ਕੋਲ ਸਾਰੀਆਂ ਹਾਲੇ ਤੱਕ ਫੋਟੋਗ੍ਰਾਫਸ ਪਈਆਂ ਮੇਰੇ ਫੇਸਬੁੱਕ ਤੇ ਮੇਰੇ ਕਈ ਵਾਰੀ ਮੈਂ ਸ਼ੇਅਰ ਕਰਦਾ ਹੁੰਦਾ ਕਈ ਵਾਰੀ ਹੁਣ 97-98 ਦੇ ਵਿੱਚ ਮਾਨਕ ਸਾਹਿਬ ਨੇ ਗਾਣੇ ਕੀਤੇ ਸੀ ਮਾਨਕ ਸਾਹਿਬ ਦੀ ਉਹਨਾਂ ਨੂੰ ਮੈਂ ਉਹਨਾਂ ਨੂੰ ਗਾਣਾ ਕਰਨ ਲਈ ਮੈਂ ਡਰਦਾ ਕਿਉਂ ਹੁੰਦਾ ਸੀ ਜਾਂ ਮੇਰੀ ਪ੍ਰੋਬਲਮ ਇਹ ਹੁੰਦੀ ਸੀ ਮਾਨਕ ਸਾਹਿਬ ਗਾਉਂਦੇ ਸੀ ਬਹੁਤ ਉੱਚਾ ਤੇ ਉਹਨਾਂ ਨੂੰ ਸਪੀਕਰ ਦੀ ਆਵਾਜ਼ ਕਈ ਵਾਰੀ ਸੁਣਦੀ ਨਹੀਂ ਹੁੰਦੀ ਸੀ ਕਿਉਂਕਿ ਖੁੱਲਾ ਗਾਣ ਗਿੱਜੇ ਹੋਏ ਸੀ ਪਿੰਡਾਂ ਦੇ ਵਿੱਚ ਮੰਜੀਆਂ ਦੇ ਉੱਪਰ ਸਪੀਕਰ ਲਾ ਕੇ ਦੋ ਮੰਜੀਆਂ ਨੂੰ ਜੋੜ ਤੇ ਉਹ ਉਹਨਾਂ ਨੂੰ ਆਦਤ ਨਹੀਂ ਸੀ ਲਿਪਸਿੰਗ ਦੇਣ ਦੀ ਤੇ ਉਹ ਕਈ ਵਾਰੀ ਮੈਂ ਮੋਨੀਟਰ ਤੇ ਦੇਖਣਾ ਮੈਂ ਕਹਿੰਦਾ ਯਾਰ
ਹੋ ਕੀ ਰਿਹਾ, ਪ੍ਰੋਬਲਮ ਕੀ ਹੈ? ਪ੍ਰੋਬਲਮ ਇਹ ਹੋਣੀ ਕਿ ਉਧਰੋਂ ਅੰਤ ਮਿਊਜ਼ਿਕ ਸ਼ੁਰੂ ਹੋ ਜਾਣਾ, ਉਹਨਾਂ ਨੇ ਆਪਣਾ ਖੁੱਲ੍ਹਾ ਅੰਤ ਦੂਸਰਾ ਅੰਤਰਾ ਗਾਈ ਜਾਣਾ, ਫਿਰ ਉਹਨਾਂ ਨੂੰ ਕਹਿਣਾ ਕਿ ਭਾਜੀ ਇਹ ਹੋਰ ਹੈ, ਅੱਛਾ ਯਾਰ ਇਹ ਹੋਰ ਦੂਜਾ ਹੋ ਗਿਆ, ਮੈਂ ਕਿਹੜਾ ਗਾ ਰਿਹਾ? ਮੈਂ ਕਿਹਾ ਜੀ ਤੁਸੀਂ ਰੱਬ ਦਾ ਵਾਸਤਾ ਇਹ ਨਹੀਂ ਗਾਣਾ ਆਪਾਂ ਆਹ ਵਾਲਾ ਗਾਣੇ, ਲੇਕਿਨ ਉਹਨਾਂ ਨੂੰ ਲਿਪ ਸਿੰਗ ਦੀ ਆਦਤ ਹੀ ਨਹੀਂ ਸੀ, ਉਹ ਤਾਂ ਖੁੱਲ੍ਹਾ ਓਰਿਜਨਲ ਗਾਉਂਦੇ ਸੀ ਇੱਕ ਦੇ ਜ਼ੋਰ ਤੇ ਤੂੰਬੀ ਨਾਲ, ਤੇ ਉਹ ਫਿਰ ਉਹਨਾਂ ਨੂੰ ਨਹੀਂ ਇਹ ਵਾਲੀ ਆਦਤ ਸੀ। ਜੇ ਅੱਜ ਦੀ ਡੇਟ 'ਚ ਇਹ ਕਿ ਡਿਜੀਟਲ ਦੇ ਵਿੱਚ ਹੋ ਕੇ ਸਾਨੂੰ ਇੰਨੇ ਉਹਦੇ ਫੈਸਿਲਿਟੀਜ਼ ਹੀ ਇੰਨੀਆਂ ਮਿਲ ਗਈਆਂ, ਕਲਰ ਕਰੈਕਸ਼ਨ ਕਰਨੀ, ਇਹ ਕਰਨਾ, ਉਹ ਕਰਨਾ, ਕਲਰ ਚੇਂਜ ਕਰ ਦਿਓ। ਉਹਦੇ ਉਸ ਵੇਲੇ ਤਾਂ ਸਿੱਧਾ ਸਿੱਧਾ ਹੁੰਦਾ ਸੀ, ਲੋ ਬੈਂਡ ਦੇ ਕੰਮ ਕਰਦੇ ਸੀ, ਨੈਸ਼ਨਲ ਤੇ ਹਾਈ ਬੈਂਡ ਚੱਲਦਾ ਸੀ। ਬੱਬਲੂ ਦੀ ਆਪਾਂ ਗੱਲ ਕਰ ਰਹੇ, ਸੁਖਵਿੰਦਰ ਦੀ, ਉਹਦੀ ਘਰਵਾਲੀ ਤੇਜਪਾਲ ਦਾ ਬੜਾ ਵੱਡਾ ਯੋਗਦਾਨ ਰਿਹਾ ਉਹਦੇ ਗੀਤਾਂ ਦੇ ਵਿੱਚ ਨਾ, ਆ ਜਾ ਬਿੱਲੋ ਕੋਲ ਮੇਰੇ, ਆ ਜਾ ਜਾਂ ਲਾਰਾ ਲੱਪਾ ਸੌਂਗ। ਜੱਸੀ ਜੀ ਆਪਣੇ ਮੂੰਹ ਚੋਂ ਵਰਡਿੰਗ ਹੈ, ਜੱਸੀ ਕਹਿੰਦਾ ਵੀ ਇਹ ਸੁਖਵਿੰਦਰ ਦਾ ਤੁਸੀਂ ਕੋਈ ਵੀ ਗਾਣਾ ਦੇਖ ਲਓ ਉਹਦਾ, ਜਿਹਦਾ ਉਹਦੇ ਤੁਸੀਂ ਗਾਣੇ ਉਹਦੇ ਰਿਐਲਿਟੀ ਸ਼ੋਅ 'ਚ ਕਿਤੇ ਉਹਦੇ ਕੋਲ ਗਾਉਂਦੇ ਦੇਖ ਲਓ, ਤੁਹਾਡੇ ਰੌਂਗਟੇ ਖੜੇ ਹੋ ਜਾਂਦੇ। ਕਿਉਂਕਿ ਉਹ ਬੰਦੇ ਨੂੰ ਯਾਦ ਹੋਣਾ ਚਾਹੀਦਾ ਚਮਕੀ ਪਾਂਡੇ ਦੀ ਫਿਲਮ ਆਈ ਸੀ ਖਿਲਾਫ, ਉਸ 'ਚ ਉਹਨੇ ਗਾਇਆ ਸੀ ਆ ਜਾ ਸਨਮ ਮੇਰੀ ਜਾਨ ਚਲੀ, ਉਦੋਂ ਪਹਿਚਾਣ ਨਹੀਂ ਬਣ ਪਾਈ ਸੀ ਸੁਖਵਿੰਦਰ ਦੀ ਗਾਣਾ ਜੋ, ਮਤਲਬ ਉਹ ਬੰਦੇ ਨੇ ਜੋ ਗਾਇਆ ਸੀ ਤੇ ਉਹ ਮਤਲਬ ਆ ਜਾ ਸਨਮ ਮੇਰੀ ਜਾਨ ਚਲੀ ਖਿਲਾਫ ਪਿਕਚਰ ਹਿੱਟ ਹੋ ਗਈ, ਫਲੋਪ ਹੋ ਗਈ ਸੀ, ਲੇਕਿਨ ਉਹ ਗਾਣਾ ਜਿਹੜਾ ਸੀਗਾ ਲੋਕਾਂ ਨੂੰ ਹਲੇ ਤੱਕ ਉਹ ਸੀਗਾ, ਅਗਲੇ ਸਾਰਿਆਂ ਨੂੰ ਯਾਦ ਸੀ ਯਾਰ ਰਾਜਾ ਸਨਮ ਮੇਰੀ ਜਾਨ ਚਲੀ, ਚਮਕੀ ਪਾਂਡੇ ਨੀਲਮ, ਚਮਕੀ ਪਾਂਡੇ ਅੱਖਾਂ ਦੇ ਪੱਟੀ ਬੰਨ ਕੇ ਸਕਦਾ, ਮਤਲਬ ਕਿਆ ਬਾਤ ਸੀ। ਉਹ ਬੰਦਾ ਜੋ ਗਾਉਂਦਾ ਉਹ ਸਟੂਡੀਓ ਦੇ ਵਿੱਚ ਆ ਕੇ ਜਦੋਂ ਅਲਾਪ ਲੈ ਲੈਂਦਾ ਇੱਕ ਵਾਰੀ, ਜੱਸੀ ਦੀ ਆਪਣੀ ਵੈਡਿੰਗ ਸੀ ਮੂੰਹੋਂ, ਇਹਨਾਂ ਨੇ ਇਕੱਠੇ ਗਾਣਾ ਸੀ ਜੱਸੀ ਨੇ, ਉਹਨਾਂ ਨੇ ਇਹ ਕਹਿੰਦਾ ਜੀ ਮੈਂ ਨਹੀਂ ਗਾ ਸਕਦਾ, ਕਹਿੰਦਾ ਮੈਨੂੰ ਸਟੂਡੀਓ ਦੀ ਹਰ ਕੰਧ 'ਚ, ਛੱਤ 'ਚ, ਮਾਈਕ 'ਚ, ਕਹਿੰਦਾ ਹਰ ਪਾਸੇ ਸੁਖਵਿੰਦਰ ਹੀ ਸੁਖਵਿੰਦਰ ਦਿਖ ਰਿਹਾ, ਮਤਲਬ ਇੰਨਾ ਹੈ ਉਹ ਬੰਦਾ। ਠੀਕ ਹੈ ਹੁਣ ਕੋਈ ਬੰਦਾ ਕਹਿੰਦਾ ਜੀ ਉਹ ਡਰਿੰਕ ਕਰਦਾ, ਕੋਈ ਕਹਿੰਦਾ ਜੀ ਉਹ ਇੱਦਾਂ, ਲੇਕਿਨ ਉਹ ਬੰਦੇ ਦੇ ਪੱਲੇ ਜੋ ਗਾਇਕੀ ਹੈ, ਜੋ ਉਹਦੇ ਜੋ ਉਹਦਾ ਸਟਾਈਲ ਹੈ, ਛਈਆਂ ਛਈਆਂ ਤੁਸੀਂ ਦੇਖੋ, ਉਹਦਾ ਕੋਈ ਵੀ ਗਾਣਾ ਐਸਾ ਨਹੀਂ ਜਿਹੜਾ ਵੀ ਤੁਸੀਂ ਕਹੋ ਕਿ ਵੀ ਉਹ ਘੱਟ ਸੀ। ਆਪ ਤੁਹਾਨੂੰ ਨੰਬਰ ਦੇਣੇ ਔਖੇ ਹੋ ਜਾਣਗੇ ਵੀ ਕਿਹੜੇ ਗਾਣੇ ਨੂੰ ਤੁਸੀਂ ਕਹੋ ਟੌਪ ਹੈ, ਕਿਹੜਾ ਨਸ਼ਾ ਹੀ ਨਸ਼ਾ ਹੈ ਬੜਾ ਚੱਲਿਆ ਸੀ, ਨਸ਼ਾ ਹੀ ਨਸ਼ਾ, ਬਹੁਤ ਕਮਾਲ ਹੈ ਉਹਦੀ, ਉਹਦੇ ਕੋਲ ਇੰਨੀ ਉਹਦੇ ਕੋਲ ਵੈਰਾਇਟੀ ਹੈ ਕਿ ਕਮਾਲ ਹੈ। ਅੱਛਾ ਆਪਾਂ ਕਹੀਏ ਵੀ 90 ਤੋਂ 2000 ਤੱਕ ਜਿਹੜਾ ਦੌਰ ਸੀਗਾ, 2000 ਤੋਂ ਬਾਅਦ ਆ ਕੇ ਇੱਕਦਮ ਸਡਨਲੀ ਚੇਂਜ ਹੋ ਗਿਆ, ਰੈਪ ਜਦੋਂ ਆ ਗਿਆ। ਉਹ ਪ੍ਰੋਬਲਮ ਇਹ ਹੈ ਕਿ ਲੋਕਾਂ ਨੂੰ ਬੇਸਿਕਲੀ ਕੀ ਹੈ, ਸ਼ਾਰਟਕਟ ਦੀ ਲੋਕਾਂ ਨੂੰ ਆਦਤ ਪੈ ਗਈ। ਰੈਪ ਇੱਕ ਸਿੰਗਿੰਗ ਦਾ ਪਾਰਟ ਹੈ, ਉਹ ਅਸੀਂ ਨਹੀਂ ਲੈ ਕੇ ਆਏ ਸੀ ਰੈਪ, 1988-89 ਦੇ ਵਿੱਚ ਬਾਬਾ ਸਾਹਿਬ ਲੈ ਕੇ ਆਇਆ ਸੀ ਠੰਡਾ ਠੰਡਾ ਪਾਣੀ ਕਹਿ ਸਕਦੇ, ਬਿਲਕੁਲ ਠੀਕ ਹੈ। ਉਸ ਲਈ ਲੋਕਾਂ ਨੂੰ ਸਮਝ ਹੀ ਨਹੀਂ ਆਇਆ ਸੀ ਵੀ ਕੀ ਹੈ, ਰੈਪ ਦਾ ਪਤਾ ਹੀ ਨਹੀਂ ਸੀ ਲੋਕਾਂ ਨੂੰ, ਆਪਣਾ ਜਿਹੜਾ ਇੰਡੀਅਨ ਜਿਹੜਾ ਕਲਚਰ ਹੈ, ਮਿਊਜ਼ਿਕ ਹੈਗਾ, ਉਹ ਮੈਲੋਡੀ ਅਸੀਂ ਹੈ, ਸਾਡਾ ਮੇਜਰ ਪਾਰਟ ਜਿਹੜਾ ਮੈਲੋਡੀ ਹੈ, ਔਰ ਉਸ ਤੋਂ ਬਾਅਦ ਆਉਂਦਾ ਸਾਡੇ ਲਿਰਿਕਸ। ਹੁਣ ਤੁਸੀਂ ਦੇਖੋ 60s ਦੇ 70s ਦੇ ਗਾਣੇ ਸੁਣੋ, ਤੁਸੀਂ ਹਲੇ ਤੱਕ ਵੀ ਗੁਣਗੁਣਾਉਂਦੇ ਹੈ, ਬਿਲਕੁਲ ਠੀਕ ਹੈ। ਉਹ ਜਦੋਂ ਰੈਪ ਆਇਆ, ਰੈਪ ਸੀਗਾ ਬੇਸਿਕਲੀ ਅਫਰੀਕਨ ਉਹਨਾਂ ਦਾ ਸਟਾਈਲ ਸੀ, ਲੇਕਿਨ ਉਹ ਗਾਣੇ ਦਾ ਇੱਕ 10-15% ਪਾਰਟ ਹੁੰਦਾ ਸੀ, ਬਿਲਕੁਲ ਠੀਕ ਹੈ। ਪੂਰੇ ਗਾਣਾ, ਪੂਰਾ ਗਾਣਾ ਰੈਪ ਨਹੀਂ ਹੁੰਦਾ ਸੀ, ਤੇ ਉਹ ਇਹਨਾਂ ਨੇ ਦੇਖਿਆ ਵੀ ਇਹ ਯਾਰ ਇਹ ਹੈਗਾ, ਤੇ ਇਹਨਾਂ ਨੇ ਪੂਰੇ ਦਾ ਪੂਰਾ ਰੈਪ ਹੀ ਅਡੋਪਟ ਕਰ ਲਿਆ, ਕਿ ਰੈਪ ਇੱਕ ਸਟਾਈਲ ਹੈ, ਲੇਕਿਨ ਉਹਨਾਂ ਨੂੰ ਉਹ ਗਾਣੇ ਦੇ ਵਿੱਚ 10-15% ਉਹ ਲਾਉਂਦੇ ਸੀ ਜਿਹੜੇ ਬਲੈਕ ਹੈਗੇ ਅਫਰੀਕਨ, ਇਹ ਉਹਨਾਂ ਨੇ ਉਹਨਾਂ ਦਾ ਇੱਕ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਕਬੀਲੇ ਦਾ ਸਟਾਈਲ ਸੀ, ਜਿੱਦਾਂ ਜਿਵੇਂ ਅੱਜ ਆਪਾਂ ਇਹ ਨੌਜਵਾਨ ਮੁੰਡਾ ਦੀਪ ਨੇ ਵੀ ਗਾਇਆ ਗਾਣਾ ਆ, ਇਹ ਇਹ ਜਿਹੜਾ ਦੌਰ ਆ ਚੁੱਕਾ, ਇਹ ਟ੍ਰੈਂਡ ਆ ਚੁੱਕਾ, ਇਹ ਹੈ ਲੰਬੀ ਰੇਸ ਦਾ, ਲੰਬੀ ਰੇਸ ਦਾ ਘੋੜਾ ਹੈ ਇਹ ਚੀਜ਼। ਜਿੱਦਾਂ ਹੁਣ ਇਹਨੇ ਉਹ ਗਾਇਆ ਫੋਰ ਯੂ, ਉਹ ਇੱਕ ਮੈਲੋਡੀਅਸ ਸੌਂਗ ਹੈ, ਉਹ 'ਚ ਤੁਸੀਂ ਸੁਣਦੇ ਹੈ। ਹੁਣ ਕੀ ਹੈ ਕਿ ਇੱਕ ਟਾਈਮ ਵਿੱਚ ਆਇਆ ਉਦੋਂ ਉਹਨਾਂ ਨੂੰ ਲੱਗਾ ਵੀ ਗਾਣਾ ਸਿਰਫ ਦੇਖਣ ਵਾਲੀ ਚੀਜ਼ ਹੈ, ਜਦਕਿ ਮਿਊਜ਼ਿਕ ਸੁਣਨ ਵਾਲੀ ਚੀਜ਼ ਹੈ। ਮਿਊਜ਼ਿਕ ਇੱਕ ਲੈਵਲ ਤੋਂ ਜਦੋਂ ਬਾਹਰ ਆ ਜਾਂਦਾ, ਫਿਰ ਉਹ ਮਿਊਜ਼ਿਕ ਦੀ ਬਜਾਏ ਨੋਇਸ ਹੋ ਜਾਂਦਾ, ਬਿਲਕੁਲ ਠੀਕ ਹੈ। ਮਿਊਜ਼ਿਕ ਉਦੋਂ ਤੱਕ ਮਿਊਜ਼ਿਕ ਹੈ ਜਦੋਂ ਤੱਕ ਤੁਸੀਂ ਉਹਨੂੰ ਸੁਣ ਸਕਦੇ ਹੈ,
ਜਦੋਂ ਤੁਸੀਂ ਕਹਿੰਦੇ ਕਿ ਨਹੀਂ ਯਾਰ ਮੇਰਾ ਗਾਣਾ ਡੀਜੇ ਤੇ ਵੱਜਣਾ ਚਾਹੀਦਾ, ਲੋਕੀ ਡੀਜੇ ਤੇ ਤਾਂ ਲੋਕੀ ਦਾਰੂ ਪੀ ਕੇ ਨੱਚੀ ਜਾਂਦੇ, ਉਹਨੂੰ ਪਤਾ ਹੀ ਨਹੀਂ ਕੀ ਹੋ ਰਿਹਾ, ਬਿਲਕੁਲ ਠੀਕ ਹੈ, ਤੇ ਜਦੋਂ ਤੱਕ ਤੁਸੀਂ ਉਹਨੂੰ ਬੈਠ ਕੇ ਸੁਣਦੇ ਇੰਜੋਏ ਕਰਦੇ ਆ। ਹੁਣ ਲੋਕਾਂ ਨੂੰ ਜੀ ਢੋਲ ਵਿੱਚ ਇੱਦਾਂ ਵੱਜਿਆ, ਢੋਲ ਨੇ ਆਹ ਕਰਤਾ, ਢੋਲ ਨੇ ਉਹ ਕਰਤਾ, ਢੋਲ ਬੇਸਿਕਲੀ ਮੈਂ ਢੋਲ ਨੂੰ ਮਿਊਜ਼ਿਕ ਮੰਨਦਾ ਹੀ ਨਹੀਂ ਹੈ। ਕਾਰਨ ਹੈ ਕਿ ਢੋਲ ਕੀ ਹੈ, ਕੋਈ ਮੈਨੂੰ ਦੱਸ ਸਕਦਾ ਢੋਲ ਦਾ ਕੀ ਕਲਚਰ ਹੈ, ਕਿਉਂ ਢੋਲ ਵਜਾਉਂਦੇ ਆ? ਕਹਿੰਦੇ ਅਸਲ 'ਚ ਹੈ ਹੀ ਅਫਗਾਨਿਸਤਾਨ ਦਾ ਸਾਜ ਹੈ। ਐਕਚੁਅਲੀ ਕੀ ਸੀਗਾ, ਪਹਿਲਾਂ ਕਿਸੇ ਜ਼ਮਾਨੇ 'ਚ ਜਦੋਂ ਪਿੰਡਾਂ 'ਚ ਜਾਨਵਰ ਜੂਨਵਰ ਆ ਜਾਂਦੇ ਸੀ, ਕੋਈ ਪੈਂਥਰ ਜਾਂ ਕੋਈ ਲੱਕੜ ਬੱਗਾ, ਕੋਈ ਹਾਥੀ ਆ ਗਿਆ, ਉਹਨੂੰ ਡਰਾਉਣ ਲਈ, ਭਜਾਉਣ ਲਈ ਢੋਲ ਜਾਂ ਪੀਪੇ ਖੜਕਾਏ ਜਾਂਦੇ ਸੀ, ਤੇ ਜਦੋਂ ਭੱਜ ਜਾਂਦਾ ਸੀਗਾ ਤਾਂ ਉਸਲੇ ਪਿੰਡ ਦੇ ਲੋਕੀ ਭੰਗੜਾ ਪਾਉਂਦੇ ਸੀ ਵੀ ਉਹ ਵਿਕਟਰੀ ਲਈ ਵੀ ਇਸ ਰਾਤ ਆ। ਤੇ ਅੱਜ ਦੀ ਡੇਟ 'ਚ ਅਸੀਂ ਕੋਈ ਵੀ ਫੰਕਸ਼ਨ ਹੁੰਦਾ ਸੀ ਢੋਲ ਵਜਾ ਵਜਾ ਕੇ, ਅਸੀਂ ਵਿਆਹਾਂ ਸ਼ਾਦੀਆਂ ਤੇ ਦੁੱਖ ਦੁੱਖ ਸੁੱਖ ਤੇ ਇਕੱਠੇ ਹੁੰਦੇ ਹਾਂ। ਅਸੀਂ ਜੇ 6 ਮਹੀਨੇ ਬਾਅਦ ਕਿਸੇ ਦੇ ਜਾਂ ਸਾਲ ਬਾਅਦ ਕਿਤੇ ਗਏ, ਕੱਲ ਮੇਰੇ ਨਾਨਕੇ ਮੇਰੇ ਮਾਮਾ ਜੀ ਦੇ ਪੋਤੇ ਦਾ ਵਿਆਹ ਸੀ, ਤੇ ਉਹਨਾਂ ਨੇ ਨਾ ਲਾਊਡ ਡੀਜੇ ਚਲਾਇਆ ਹੋਇਆ। ਮੈਂ ਕਿਹਾ ਯਾਰ ਮੈਂ ਉੱਠ ਕੇ ਬਾਹਰ ਆ ਗਿਆ ਪੰਡਾਲ ਚੋਂ, ਕਹਿੰਦੇ ਗਰਮੀ, ਮੈਂ ਕਿਹਾ ਕੋਈ ਗੱਲ ਨਹੀਂ ਅੰਦਰ ਨਾਲੋਂ ਮੈਂ ਕੰਫਰਟੇਬਲ ਆ। ਅਸੀਂ ਜਦੋਂ ਕਿਸੇ ਦਾ ਹਾਲ ਚਾਲ ਹੀ ਨਹੀਂ ਪੁੱਛ ਸਕਦੇ, ਬੱਚੇ ਵੱਡੇ ਹੋ ਗਏ, ਨਾ ਕਿਸੇ ਦਾ ਕਲਾਸ ਪੁੱਛ ਸਕਦੇ, ਨਾ ਕਿਸੇ ਦਾ ਪੁੱਛ ਸਕਦੇ ਵੀ ਇਹ ਕੀ ਆ, ਕਿਸੇ ਬਜ਼ੁਰਗ ਨੂੰ ਆਸ਼ੀਰਵਾਦ ਨਹੀਂ ਲੈ ਸਕਦੇ ਕਿਸੇ ਦਾ, ਕਿਸੇ ਛੋਟੇ ਬੱਚੇ ਨੂੰ ਅਸੀਂ ਆਪ ਨਹੀਂ ਬਲੈਸ ਕਰ ਸਕਦੇ। ਲਾਊਡ ਇੰਨਾ ਮਿਊਜ਼ਿਕ ਨੂੰ ਅਸੀਂ ਇਹ ਹਰ ਚੀਜ਼ ਨਾਲ ਜੋੜ ਲਿਆ ਵੀ ਲਾਊਡਨੈਸ ਮੰਦੇ, ਉਹ ਸੰਗੀਤ ਵੀ ਚੀਕ ਚਕਾੜਾ ਹੋ ਗਿਆ ਅੱਜ ਦੀ, ਬਿਲਕੁਲ ਬਿਲਕੁਲ ਸ਼ੋਰ ਹੋ ਗਿਆ, ਮੈਂ ਸੰਗੀਤ ਖਤਮ ਹੋ ਗਿਆ ਨਾ, ਸ਼ੋਰ ਹੋ ਗਿਆ, ਰੌਲਾ ਰਹਿ ਗਿਆ ਵੀ। ਤੁਸੀਂ ਹੁਣ ਕਈ ਮੈਂ ਵਿਆਹਾਂ 'ਚ ਦੇਖਿਆ ਜੀ ਅਸੀਂ 11 ਢੋਲ ਲਈ ਬਜਾਏ ਸੀ, ਬਣਾਏ ਸੀ, ਮੈਂ ਕਿਹਾ ਕਿ ਜੰਗ 'ਤੇ ਚੱਲੇ ਸੀ ਆਪਾਂ, ਕਾਹਦੇ ਲਈ ਬਜਾਏ ਸੀ, ਬੁਲਾਏ ਸੀ 11 ਢੋਲ ਲਈ? ਢੋਲ ਤਾਂ ਇੱਕ ਨਹੀਂ ਗੱਲ ਕਰਨ ਦਿੰਦਾ। ਅੱਛਾ, ਇੰਨਾ ਤੁਹਾਡਾ ਹੈ ਕੰਟਰੀਬਿਊਸ਼ਨ ਖਾਸ ਕਰ ਪੰਜਾਬੀ ਇੰਡਸਟਰੀ ਦਾ ਵੀ ਤੇ ਇਸ ਇੰਡਸਟਰੀ ਦਾ ਵੀ, ਚਮਕੀਲੇ ਨਾਲ ਕਦੀ ਮੁਲਾਕਾਤ ਹੋਈ ਸੀ ਜ਼ਿੰਦਗੀ 'ਚ? ਨਹੀਂ। ਉਹਨਾਂ ਦੀ ਗਾਇਕੀ ਬਾਰੇ ਕੀ ਕਹਿੰਦੇ? ਦੇਖੋ ਮੈਂ ਇੱਕ ਚੀਜ਼ ਕਹਿੰਦਾ ਕਿ ਮੈਂ ਜਦੋਂ ਵੀ ਮੈਂ ਅੱਜ ਤੱਕ ਮੈਂ ਵੀਡੀਓ ਬਣਾਇਆ, ਤੇ ਮੈਂ ਜਿਹੜਾ ਵੀ ਵੀਡੀਓ ਬਣਾਉਂਦਾ ਮੈਂ ਲਿਆ ਕੇ ਆਪਣੀ ਫੈਮਿਲੀ ਨੂੰ, ਮੇਰੀ ਫੈਮਿਲੀ ਦੇਖਦੀ ਬੈਠ ਕੇ, ਮੇਰੇ ਮਦਰ ਦੇਖਦੇ, ਮੇਰੀਆਂ 2 ਬੇਟੀਆਂ ਦੋਨੋਂ, ਮੈਂ ਮੇਰੀ ਛੋਟੀ ਬੇਟੀ ਦੀ ਤਾਂ ਗਾਂ ਵੀ ਬੇਟੀ ਹੈਗੀ, ਮੈਂ ਨਾਨਾ ਹੈ ਮੈਂ, ਤੇ ਉਹ ਮੈਂ ਆਪਣੇ ਬੱਚਿਆਂ ਨੂੰ ਲਿਆ ਕੇ ਦਿਖਾਉਂਦਾ। ਮੈਂ ਜਿਹੜੀ ਚੀਜ਼ ਆਪਣੇ ਬੱਚਿਆਂ ਨੂੰ ਨਹੀਂ ਦਿਖਾ ਸਕਦਾ, ਮੈਂ ਕਿਸੇ ਦੇ ਬੱਚਿਆਂ ਨੂੰ ਜਾਂ ਕਿਸੇ ਦੀ ਮਾਂ ਭੈਣ ਨੂੰ ਮੈਂ ਕਿਉਂ ਕਹੂੰਗਾ ਆਹ ਚੀਜ਼ ਦੇਖੋ? ਹੁਣ ਇਹ ਕਹਿੰਦੇ ਜੀ ਨਹੀਂ ਦਲਜੀਤ ਦੀ ਕੰਟਰੀਬਿਊਸ਼ਨ ਹੈ, ਉਹਨਾਂ ਨੂੰ ਚਮਕੀਲੇ ਨੂੰ ਸਾਡੀ ਵਿਰਾਸਤ ਨੂੰ ਅੱਗੇ ਲੈ ਕੇ, ਵਿਰਾਸਤ ਦਾ ਮਤਲਬ ਇਹ ਨਹੀਂ ਹੁੰਦਾ ਵੀ ਕੋਈ ਵੀ ਚੀਜ਼ ਵਿਰਾਸਤ ਹੈ, ਕਿਸੇ ਨਹੀਂ ਕਹਿ ਸਕਦੇ ਹਰ ਚੀਜ਼। ਤੁਸੀਂ ਜੇ ਅਗਰ ਸੋਚਦੇ ਕਿ ਮੈਂ ਆਪਣੀ ਸਿਸਟਰ ਜਾਂ ਬੇਟੀ ਨਾਲ ਬੈਠ ਕੇ ਸੁਣ ਸਕਦਾ ਜਾਂ ਦੇਖ ਸਕਦਾ, ਤੇ ਵੀ ਠੀਕ ਹੈ, ਉਹਨੂੰ ਐਪਰੀਸ਼ੀਏਟ ਕਰੋ, ਉਹਨੂੰ ਲੈ ਕੇ ਆਓ। ਚੰਗਾ ਵੀ ਤਾਂ ਬਹੁਤ ਗਾਇਆ ਉਹਨਾਂ ਨੇ, ਮੈਂ ਤਲਵਾਰ ਮੈਂ ਘਲਗੀ ਧਰਦੀ ਹਾਂ ਨਾ ਕਿਸੇ ਜ਼ਾਲਮ ਤੋਂ ਡਰਦੀ ਹਾਂ, ਸਾਥੋਂ ਬਾਬਾ ਖੋ ਲਿਆ ਤੇਰਾ ਨਨਕਾਣਾ, ਇਹ ਵੀ ਗਾਇਆ ਉਹਨਾਂ? ਬਿਲਕੁਲ ਗਾਇਆ, ਬਿਲਕੁਲ ਗਾਇਆ। ਹਾਂ, ਲੇਕਿਨ ਅਸੀਂ ਇਹ ਦੇਖਦੇ ਨਾ ਕਿ ਐਪਰੀਸੀਏਸ਼ਨ ਕਿਸ ਚੀਜ਼ ਨੂੰ ਮਿਲ ਰਹੀ ਹੈ। ਹੁਣ ਬਿੰਦਰਖੀਆ ਜੀ ਨੇ ਬਹੁਤ ਗਾਇਆ, ਬਿੰਦਰਖੀਆ ਨੇ, ਸ਼ਮਸ਼ੇਰ ਭਾਜੀ ਨੇ ਕਿੰਨਾ ਵਧੀਆ ਵਧੀਆ ਗਾਣੇ ਲਿਖੇ, ਸ਼ਮਸ਼ੇਰ ਸੰਧੂ ਜੀ, ਉਹਦਾ ਲਾਸਟ ਗਾਣਾ ਨਿਵੇਂ ਤਿੜਕੇ ਘੜੇ ਦਾ ਪਾਣੀ, ਮੈਂ ਕੱਲ ਤੱਕ ਨਹੀਂ ਰਹਿਣਾ, ਉਹ ਅੱਜ ਦੀ ਡੇਟ 'ਚ ਵੀ ਸੁਣ ਕੇ ਅਸੀਂ ਰੋ ਪੈਂਦੇ ਹਾਂ। ਉਹਦਾ ਗਾਣਾ ਮਾਂ ਮੈਂ ਮੁੰਡੇ ਨਹੀਂ ਪੇਕੇ ਜਾਣਾ ਪੇਕੇ ਹੁੰਦੇ ਮਾਵਾਂ ਨਾਲ, ਮਤਲਬ ਉਹਦਾ ਅਸੀਂ ਵੀਡੀਓ ਕੀਤਾ ਸੀਗਾ, ਉਹਦਾ ਇੱਕ ਕੁੜੀ ਆਪਣੀ ਮਾਂ ਨਾਲ ਤੁਰੀ ਆ ਰਹੀ ਹੈ, ਆਪਣੇ ਆਪਣਾ ਗੈਰੀ ਗੁਰਦੀਪ ਜਲੰਧਰ ਦੂਰਦਰਸ਼ਨ ਤੋਂ, ਉਹ ਇੱਕ ਸਟੋਪ ਬਲੋਕ ਸ਼ਾਰਟ ਸੀਗਾ ਵੀ ਚੱਲਦੇ ਹੋਏ ਸਟੋਪ ਬਲੋਕ ਸੀਗਾ, ਉਹ ਕਿੰਨੀ ਰੈਸਲ ਕਰ ਕਰਕੇ ਉਹ ਸ਼ਾਰਟ ਲਿਆ, ਤੇ ਉਹ ਗਾਣਿਆਂ ਦਾ ਕੁਛ ਮਤਲਬ ਸੀ, ਇੱਕ ਤੁਸੀਂ ਲਿਰਿਕਸ ਦਾ ਕੁਛ ਮਤਲਬ ਤਾਂ ਹੋਣਾ ਚਾਹੀਦਾ ਨਾ, ਵੀ ਕੀ ਹੈਗਾ ਹੁਣ ਉਹ ਕਿੱਦਾਂ ਇੱਕ ਗਾਣਾ ਸੀਗਾ ਕਿ ਮਾਂ ਮੈਂ ਮੁੰਡੇ ਨਹੀਂ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ, ਉਹ ਅੱਜ ਦੀ ਡੇਟ 'ਚ ਵੀ ਕੋਈ ਸੰਘਾ ਭਲਾ ਸੁਣ ਲਵੇ ਮਾਂ ਜਾਂ ਬੇਟੀ ਕੋਈ ਤਾਂ ਲੋਕਾਂ ਦੇ ਅੱਖਾਂ 'ਚ ਹੰਸੇ ਆ ਜਾਂਦੇ, ਨਿਕਲ ਪੈਂਦੇ ਹਨ, ਤੇ ਉਹ ਸੰਗੀਤ ਕਦੀ ਖਤਮ ਨਹੀਂ ਹੁੰਦਾ ਜਾਂ ਪੁਰਾਣਾ ਨਹੀਂ ਹੁੰਦਾ, ਲੇਕਿਨ ਉਹ ਕਿ ਉਹਦੇ 'ਚ ਇੱਕ ਮੈਲਡੀ ਔਰ ਮੀਨਿੰਗਫੁੱਲ ਹੋਣਾ ਚਾਹੀਦਾ। ਬਿਲਕੁਲ ਠੀਕ ਹੈ। ਉਹ ਤੁਸੀਂ 60s ਦੇ ਆਪਾਂ ਗਾਣੇ ਸੁਣਦੇ ਹਾਂ, ਸਾਥੀਆ ਨਹੀਂ ਜਾਣਾ ਕਿਦੀ ਜੀ ਨਾ ਲਗੇ, ਜਾਂ ਲਿਖੇ ਜੋ ਖਤ ਜੇ ਤੇਰੀ ਯਾਦ ਮੇਂ, ਚਲੋ ਦਿਲਦਾਰ ਚਲੋ ਚਾਂਦ ਕੇ ਪਾਰ ਚਲੋ,
ਮਤਲਬ ਉਹ ਗਾਣੇ ਸੀਗੇ ਜਿਹੜੇ ਕਿ ਅਸੀਂ ਸੁਣਦੇ ਸੀ ਬੈਠ ਕੇ, ਲੋਕੀ ਇੱਕ ਕੈਸੇਟ ਦੇ ਉੱਪਰ ਪੂਰੇ ਦੇ ਪੂਰੀ ਸਾਈਡ ਦੇ ਇੱਕੋ ਹੀ ਗਾਣਾ ਰਿਕਾਰਡ ਕਰ ਲੈਂਦੇ ਸੀ, ਉਹ ਗਿਫਟ ਵੀ ਕਰਦੇ ਹੁੰਦੇ ਸੀ ਇੱਕ ਦੂਜੇ ਨੂੰ। ਬਿਲਕੁਲ ਠੀਕ ਹੈ, ਕੈਸਟਾਂ ਪਰ ਤੇ ਅੱਜ ਦੀ ਡੇਟ ਤੁਹਾਡੇ ਕੋਲ ਇੱਕ ਇੱਕ ਗਾਣਾ ਪੂਰਾ ਸੁਣਨਾ ਔਖਾ ਹੋ ਜਾਂਦਾ, ਤੁਸੀਂ ਇੱਕ ਸਾਈਡ ਦੇ ਕੈਸੇਟ ਦੇ ਕਿੱਥੋਂ ਪੁਰਾਣਾ ਹੈ। ਦੌਰ ਚਲਾਂਗੇ, ਮੈਨੂੰ ਇੱਕ ਪਿੱਛੇ ਵਿਆਹ ਦੇ ਵਿੱਚ ਸ਼ਮਸ਼ੇਰ ਭਾਜੀ ਮਿਲੇ ਸੀ ਸੰਧੂ ਕੈਂਪ ਤੋਂ, ਮੈਨੂੰ ਬੈਠੇ ਬੜੇ ਪਿਆਰ ਨਾਲ ਗੱਲਾਂ ਕਰਦੇ ਰਹੇ ਤੇ ਉਹਨਾਂ ਨੇ ਮੈਨੂੰ ਮੋਢੇ ਦੇ ਹੱਥ ਰੱਖ ਕੇ ਮੇਰੇ ਨਾਲ ਗੱਲਾਂ ਕਰਦੇ ਰਹੇ, ਕਹਿੰਦੇ ਯਾਰ ਕਿੱਥੇ ਚਲ ਗਿਆ ਆਰਪੀ ਜੀ। ਮੈਂ ਕਿਹਾ ਭਾਜੀ ਇਹ ਤਾਂ ਆਪਾਂ ਨੂੰ ਕੋਸ਼ਿਸ਼ ਕਰਨੀ ਪੈਣੀ ਦੁਬਾਰਾ ਵੀ ਕੋਈ ਚੰਗੀਆਂ ਚੀਜ਼ਾਂ ਲੈ ਕੇ ਆਈਏ, ਵੀ ਤੁਸੀਂ ਸਾਡੇ ਤੋਂ ਸੀਨੀਅਰ ਹੋ, ਤੁਸੀਂ ਤੁਹਾਡੀ ਜ਼ਿਆਦਾ ਤੋਂ ਯੋਗਦਾਨ ਹੈਗਾ ਕਿਉਂਕਿ ਤੁਸੀਂ ਪਿੱਛੇ ਆਪਣੇ ਬਲ ਸਾਹਿਬ ਉਹਨਾਂ ਦੀ ਵਿਚਾਰੇ ਉਹ ਵੀ ਹੁਣ ਉਹ ਜਦੋਂ ਉਹਨਾਂ ਨੇ ਲਿਖਿਆ ਸੀ ਉਹਨੂੰ ਫਿਰੋਜ਼ ਖਾਨ ਨੂੰ ਬਣਾਉਣ ਵਾਲੇ ਉਹ ਸੀ, ਉਹਦਾ ਗਾਣਾ ਪਹਿਲਾ ਹਿੱਟ ਹੋਇਆ ਸੀ ਫਿਰੋਜ਼ ਖਾਨ ਦਾ ਮੁੰਡਾ ਪੰਜਾਬੀ ਸਿੰਗਰ ਤੇਰੀ ਮੈਂ ਹੋ ਨਾ ਸਕੀ, ਉਹਨਾਂ ਦੀ ਇੱਕ ਮੈਨੂੰ ਯਾਦ ਲਾਈਨ ਕਦੀ ਨੀ ਭੁੱਲਦੀ, ਤੂੰ ਤਾਂ ਸਾਂਭੀ ਵੀ ਨੀ ਹੋਣੀ ਕੋਈ ਬਲ ਦੀ ਨਿਸ਼ਾਨੀ, ਛੱਲੇ ਮੁੰਦੀ ਫੋਟੋ ਕੋਕਾ ਤੇ ਗਲ ਵਾਲੀ ਗਾਨੀ। ਬਿਲਕੁਲ ਠੀਕ, ਇੱਕ ਛੋਟੀ ਜਿਹੀ ਲਾਈਨ ਹੈ ਪੈਰੀਟੋਨ ਵਾਲੇ ਰਜਿੰਦਰ ਜੀ ਨੇ ਕਹੀ, ਉਹਨਾਂ ਰਜਿੰਦਰ ਭਾਜੀ ਨੇ ਪੈਰੀਟੋਨ ਵਾਲੇ, ਉਹਨਾਂ ਨਾਲ ਮੇਰਾ ਵੀ ਬਹੁਤ ਯਾਰਾਨਾ ਸੀ, ਮੈਂ ਸੀ ਉਹਨਾਂ ਦੀ ਬੜੀ ਰਿਸਪੈਕਟ ਕਰਦੇ ਸੀ, ਉਹਨਾਂ ਨੇ ਦਲਜੀਤ ਦੋਸਾਂਝ ਨੂੰ ਉਹਨਾਂ ਨੇ ਲੈ ਕੇ ਆਂਦਾ ਸੀ, ਬਹੁਤ ਸੌਂਗ ਬਹੁਤ ਗਾਏ ਖੜੇ ਕੀਤੇ ਉਹਨਾਂ ਨੇ। ਹਾਂਜੀ, ਫਿਰ ਉਹ ਦੇ ਦੇ ਗੇੜਾ ਵਾਲਾ ਮੁੰਡਾ ਉਹ ਵੀ ਰਾਈਟਰ ਸੀਗਾ, ਬਲਵੀਰ ਬੋਪਾਰਾ ਉਹ ਵੀ ਰਾਈਟਰ ਸੀਗਾ, ਉਹਨੂੰ ਵੀ ਉਹਨਾਂ ਨੇ ਲੈ ਕੇ ਆਂਦਾ ਸੀ ਅੱਗੇ ਉਹਨੂੰ ਕੀਤਾ, ਜਦਕਿ ਸਿੰਪਲ ਵੀਡੀਓ ਬਣਦੇ ਸੀ ਕੋਈ ਐਸਾ ਕੁਛ ਨਹੀਂ ਸੀਗਾ, ਲੇਕਿਨ ਰਜਿੰਦਰ ਭਾਜੀ ਦਾ ਫਾਈਨ ਟੋਨ ਵਾਲਿਆਂ ਦਾ ਯੋਗਦਾਨ ਬਹੁਤ ਸੀ ਪੰਜਾਬੀ ਇੰਡਸਟਰੀ ਨੂੰ, ਔਰ ਉਹਨਾਂ ਨੂੰ ਸਮਝ ਬਹੁਤ ਸੀ, ਉਹਨਾਂ ਨੂੰ ਇਹ ਚੀਜ਼ ਦੀ ਬੜੀ ਨੌਲੇਜ ਸੀਗੀ ਵੀ ਇਹ ਬੰਦਾ ਅੱਗੇ ਆ ਸਕਦਾ ਕਿ ਨਹੀਂ। ਦਲਜੀਤ ਦੋਸਾਂਝ ਜਦੋਂ ਆਇਆ ਸੀਗਾ ਤੇ ਇਹ ਕੋਈ ਕਿਸੇ ਨੂੰ ਆਈਡੀਆ ਨਹੀਂ ਸੀ ਵੀ ਇਹ ਮੁੰਡਾ ਐਡਾ ਵੱਡਾ ਲੈਵਲ ਤੇ ਪਹੁੰਚ ਜਾਏਗਾ, ਤੇ ਉਸ ਲਈ ਥੋੜਾ ਜਿਹਾ ਇਹਦੀ ਵਰਡਸ ਵੀ ਕਲੀਅਰ ਨਹੀਂ ਹੁੰਦੇ ਸੀ, ਤੇ ਉਹਨਾਂ ਨੇ ਇਹ ਤੇ ਮਿਹਨਤ ਕੀਤੀ ਉਹਨੂੰ ਲੈ ਕੇ ਆਂਦਾ ਅੱਗੇ ਸਟਾਰ ਬਣਾਇਆ। ਬਿਲਕੁਲ ਠੀਕ, ਫਿਰ ਉਹ ਅਲਟੀਮੇਟਲੀ ਇੰਡਸਟਰੀ ਨੂੰ ਪਤਾ ਨਹੀਂ ਕੀ ਗੱਲ ਹੋਈ ਉਹ ਇੰਡਸਟਰੀ ਛੱਡ ਗਏ। ਬਿਲਕੁਲ ਠੀਕ, ਸੋ ਆਰ ਪੀ ਭਾਜੀ ਨਾਲ ਗੱਲਾਂ ਚੱਲ ਰਹੀਆਂ ਸੀਗੀਆਂ ਵੀ ਜਿਹੜੇ ਇਹ ਗਾਇਕ ਹੁੰਦੇ ਨੇ ਜਦੋਂ ਸਟਰਗਲਰ ਹੁੰਦੇ ਨੇ ਉਦੋਂ ਕੀ ਲਾਈਫ ਹੁੰਦੀ ਹੈ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਅੱਗੇ ਕਿਸਮਤ ਸਭ ਤੋਂ ਬੜਾ ਵੱਡਾ ਰੋਲ ਜਿਹੜਾ ਪਲੇ ਕਰਦੀ ਹੈਗੀ ਕਿ ਕੌਣ ਅਰਸ਼ ਤੇ ਹੈ ਕੌਣ ਫਰਸ਼ ਤੇ ਹੈ। ਸੰਗੀਤ ਦਾ ਦੌਰ ਜਿਹੜਾ ਜ਼ਰੂਰ ਬਦਲ ਗਿਆ, ਜਿਹੜਾ ਪਹਿਲਾਂ ਸੰਗੀਤ ਹੁੰਦਾ ਸੀ ਅੱਜ ਦੀ ਡੇਟ 'ਚੋਂ ਸ਼ੋਰ ਬਣ ਚੁੱਕਾ, ਕਿਤੇ ਨਾ ਕਿਤੇ ਸਰੋਤੇ ਵੀ ਇਸ ਚੀਜ਼ ਲਈ ਜਿਹੜਾ ਬਹੁਤ ਜ਼ਿਆਦਾ ਜ਼ਿੰਮੇਵਾਰ ਹੈਗੇ ਨੇ। ਸੋ ਕਦੋਂ ਇਹ ਦੌਰ ਬਦਲਦਾ ਕਦੋਂ ਫਿਰ ਉਹੀ ਰੂਹਾਂ ਨੂੰ ਸਕੂਨ ਦੇਣ ਵਾਲਾ ਸੰਗੀਤ ਸੁਣਨ ਨੂੰ ਮਿਲਦਾ ਇਹਦਾ ਹਰ ਕੋਈ ਇੰਤਜ਼ਾਰ ਕਰ ਰਿਹਾ। ਹੋਰ ਨਵੀਆਂ ਅਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ, ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ, ਧੰਨਵਾਦ।